सतनामे गुरु तनुवे गुरु साहिब जियो ये मन प्यारे तू सदा सच संभाले एह कुटंब तू जे देखदा चल नहीं तेरे नाले साथ तेरे चल नहीं तिस नाल क्यों चित लाइए ऐसा कम मूल ना कीचे जित अंत पछोताइए सतगुरु का उपदेश सुन तू हो वह तेरे नाले सतगुरु का उपदेश सुन तू हो वह तेरे नाले कह नानक मन प्यारे तू सदा सच संभाले परम सम्मान योग सतगुरु साहिब श्री गुरु ग्रंथ साहिब सच्चे पातशाह जी दी पावन पवित्र गोद विच बैठ के आप जी ने अमृत बचना का रस इन्ना कीर्तन और कीर्तन का प्रकरण सी प्रीत बड़े प्यार के नाल आप जी ने सरवण किया है। आओ असी अरदास विचों कल इस शब्द की विचार ते रुके सां खालसे जी के बोल बाले कल एक बेनती आप जी दे चरणा विच कीती सी कि बोलन दा काम जुबान दा है जिसनू असी जीभ भी कहने जेहवा भी कहने जिस लई गुरु ग्रंथ साहिब जी दी बाणी ने शब्द रचना भी वरते ते सतगुरु ने कहा कहन लगे बोल बाले दा अर्थ है कि ओ बोल जिन्ना तो ऊपर खोर कोई शब्द खोर कोई बोल होवे ना ते उन्हां बोलियां दा अर्थ उस बोल दा भाव केवल अपने शरीरक तौर ते उच्ची बोलना नहीं ए ओ बोल के जड़ा एक वरी कोई बोल जाए ते मुद्दतां तक लोग उस दे बोले कोई बोला नूं कमा के जिंदगी नूं कमांदे रहे। आओ करो कृपालता साध संगत जी आपां उस विषय नूं धन गुरु ग्रंथ साहिब जी दे शब्द दी टेक लै के ते तवारीख दे इतिहास दे पन्नियां तों कुछ उदाहरणां लै के इस विचार नूं नपेरे संपूर्ण करांगे। धन गुरु ग्रंथ साहिब सच्चे पातशाह जी आप कृपा बख्शिश मेहर करके विच वरतो सानू अंदर दी एकाग्रता कहन सुन वालियां नूं बख्शो तां जो भय भावनी नाल आप जी दे अमृत बचना दी विचार आपां कर सकीए। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। कल जिवें आप जी दे चरणा विच ए अर्ग कर रहा सां कि धन गुरु नानक साहिब जी ने अपनी पवित्र रचना तो जिहड़े बोल बोले ने ओ बोले अज भी सिख अज भी जगत कहिंदा है सब तो श्रोमणी ने ते कल बेनती कर रहा सां एक जबान विचों निकले हुए शब्द ने जिहड़े साडियां दूरियां नूं मिटा के नजदीकियां नेड़े लै आउंदे ने ते ओ भी साडे मुख विचों जीभ विचों निकले बोल ने जिहड़े साडी नेड़ता नूं दूरी भी तब्दील कर दिंदे। धन गुरु अमरदास जी ने एक बचन कहा असी आनंद साहिब की पवित्र बाणी विच ये दो शब्द
ਦੋ ਪੌੜੀਆਂ ਵਿੱਚੋਂ ਆਪ ਨਾਲ ਸਾਂਝ ਪਾ ਕੇ ਅੱਗੇ ਤੁਰਨਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਜਿਹੜੇ ਲੋਕ ਆਪਣੇ ਕੰਨਾਂ ਨਾਲ ਸੱਚ ਨੂੰ ਸੁਣਦੇ ਨੇ ਤੇ ਕੁਦਰਤੀ ਤੌਰ ਤੇ ਉਹਨਾਂ ਦੇ ਬੋਲੇ ਵੀ ਜਿਹੜੇ ਨੇ ਉਹ ਸੱਚ ਨਾਲ ਭਿੱਜੇ ਹੋਏ ਨਿਕਲਦੇ। ਜੋ ਕੁਛ ਉਹ ਆਪਣੇ ਕੰਨਾਂ ਨਾਲ ਸੁਣਦੇ ਪਏ ਨੇ ਉਹਨੂੰ ਆਪਣੀ ਰਸਨਾ ਨਾਲ ਆਪਣੀ ਜ਼ੁਬਾਨ ਨਾਲ ਲੋਕਾਂ ਤੱਕ ਪਹੁੰਚਾਉਂਦੇ ਨੇ। ਸਹਿਬ ਕਿਰਪਾਲੂ ਜੀ ਨੂੰ ਤੇ ਸ਼ਬਦ ਵਰਤੇ ਨੇ, ਇਹ ਸਰਵਣ ਹੋ ਮੇਰਿਓ ਸੱਚਾ ਸੁਣਨਾ ਨੂੰ ਪਠਾਏ। ਜੇ ਤੂੰ ਸੱਚ ਦਾ ਬੋਲਬਾਲਾ ਕਰਨਾ ਚਾਹੁੰਦੇ ਤੇ ਪਹਿਲਾਂ ਆਪਣੇ ਕੰਨਾਂ ਨੂੰ ਸੱਚ ਸੁਣਨ ਦੀ ਵਾਧੀ ਪਾ, ਆਦਤ ਪਾ। ਜੇ ਤੂੰ ਇਹ ਕਹਿ ਵੀ ਮੈਂ ਜ਼ਬਾਨ ਤੋਂ ਸੱਚ ਬੋਲਣਾ ਪਿਆ ਤੇ ਜੇ ਕੋਈ ਤੇਰੀ ਜ਼ਿੰਦਗੀ ਬਾਰੇ ਸੱਚ ਬੋਲਣ ਦਾ ਯਤਨ ਕਰੇ, ਉਹਦੀ ਜ਼ਬਾਨ ਨੂੰ ਬੰਦ ਕਰਨਾ ਚਾਹੇ ਤੇ ਆਪਣੀ ਜ਼ਬਾਨ ਤੋਂ ਬੋਲਣਾ ਚਾਹੇ, ਇਹ ਸੱਚ ਦੇ ਬੋਲਬਾਲੇ ਨਹੀਂ ਹੁੰਦੇ। ਪਹਿਲਾਂ ਆਪਣੀ ਜ਼ਿੰਦਗੀ ਵਿੱਚ ਕੰਨਾਂ ਨਾਲ ਸੱਚ ਸੁਣਨ ਦੀ ਜ਼ਰੂਰਤ ਵੀ ਕਰ ਤੇ ਜੇ ਸੱਚ ਸੁਣ ਸਕੇਗਾ ਤੇ ਫਿਰ ਸੱਚ ਦਾ ਬੋਲਾ ਵੀ ਤੇਰੇ ਅੰਦਰੋਂ ਨਿਕਲੇਗਾ। ਸਾਹਿਬ ਨੇ ਉੱਤੇ ਸ਼ਬਦ ਵਰਤੇ ਨੇ ਕਿ ਇਹ ਸਰਵਣ ਹੋ ਮੇਰਿਓ ਸੱਚੈ ਸੁਣਨਾ ਨੂੰ ਪਠਾਏ, ਸੱਚੈ ਸੁਣਨਾ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਮਨ। ਕਿ ਬੋਲਦੇ ਜ਼ਬਾਨ ਪਈ ਕਹਿ, ਸੁਣਦੇ ਕੰਨ ਪਏ ਨੇ ਤੇ ਧੰਨ ਗੁਰੂ ਅਮਰਦਾਸ ਕਹਿੰਦੇ ਜਦੋਂ ਤੂੰ ਕੰਨ ਨਾਲ ਸੱਚੇ ਬੋਲੇ ਸੁਣੇਗਾ ਤੇ ਇਹ ਗੁਰੂ ਕੇ ਸਿੱਖਾਂ ਤੇਰੀ ਰਸਨਾ ਨੂੰ ਸਵਾਦ ਆਏਗਾ ਤੇ ਉਹ ਰਸਨਾ ਵੀ ਫਿਰ ਸੱਚ ਦੇ ਬੋਲੇ ਬੋਲੇ। ਤੇ ਜਿਨ੍ਹਾਂ ਨੇ ਸੱਚ ਦੇ ਬੋਲੇ ਨੂੰ ਸੁਣਿਆ ਤੇ ਗੁਰਮੁਖੋ ਉਹਨਾਂ ਦੀ ਜ਼ਬਾਨ ਵਿੱਚੋਂ ਨਿਕਲਿਆ ਹੋਇਆ ਵੀ ਸੱਚ, ਉਹਨੂੰ ਇੰਨਾ ਕੁ ਗੁਰੂ ਨੇ ਮਾਂਜ ਦਿੱਤਾ, ਉਹਨੂੰ ਇੰਨਾ ਕੁ ਸ਼ੁੱਧ ਕਰ ਦਿੱਤਾ ਕਿ ਉਹਦੇ ਬੋਲਿਆਂ ਨੂੰ ਲੋਕ ਅੱਜ ਵੀ ਮੰਨਦੇ ਪਏ। ਧੰਨ ਗੁਰੂ ਅਮਰਦਾਸ ਜੀ ਨੇ ਬਚਨ ਕਿਹਾ ਜਦੋਂ ਅਸੀਂ ਪੜ੍ਹਦੇ ਹਾਂ ਕਿ ਕਰ ਕਿਰਪਾ ਕਿਲ ਵਿਖ ਕੱਟੈ, ਜਦੋਂ ਦਾਤਾ ਮੇਰ ਕਰੇ ਅੰਦਰ ਦੇ ਪਾਪਾਂ ਨੂੰ ਦਗਦ ਕਰਦਾ ਹੈ। ਕਰ ਕਿਰਪਾ ਕਿਲ ਵਿਖ ਕੱਟੈ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ। ਜਿਨ੍ਹਾਂ ਦੇ ਸ਼ਬਦ ਨੂੰ, ਸ਼ਬਦ ਦਾ ਅਰਥ ਇੱਥੇ ਬਾਣੀ ਨਹੀਂ, ਮੈਂ ਕਈ ਵਾਰੀ ਅਰਥ ਕਰਨਾ ਸ਼ਬਦ ਦਾ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ, ਇੱਥੇ ਸ਼ਬਦ ਦਾ ਅਰਥ ਤਿੰਨ ਕਾ ਸ਼ਬਦ। ਉਹਨਾਂ ਦੇ ਬੋਲੇ ਨੂੰ ਗੁਰੂ ਨੇ ਇੰਨਾ ਕੁ ਸਵਾਰ ਦਿੱਤਾ ਕਿ ਉਹਨਾਂ ਦੇ ਬੋਲ ਤੋਂ ਉੱਚਾ ਹੋਰ ਕੋਈ ਬੋਲ ਹੈ। ਤਿੰਨ ਕਾ ਸ਼ਬਦ ਸੱਚਾ ਸਵਾਰਿਆ। ਹੁਣ ਜਿਨ੍ਹਾਂ ਦੇ ਬੋਲੇ ਸਦਾ ਰਹਿਣੇ ਨੇ ਉਹਨਾਂ ਉੱਤੇ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਪਰਮਾਤਮਾ ਦੀਆਂ ਤਿੰਨ ਬਖਸ਼ਾਂ ਹੁੰਦੀਆਂ। ਦੇਖੋ ਉਹਨਾਂ ਦੇ ਬੋਲੇ ਜਦੋਂ ਉਹ ਬੋਲਦੇ ਨੇ, ਧੰਨ ਗੁਰੂ ਅਰਜਨ ਸਾਹਿਬ ਦਾ ਇਹ ਸ਼ਬਦ ਅਸੀਂ ਪੜ੍ਹਨੇ, ਇਸ ਕਰਕੇ ਅਰਜ਼ ਕਰਨੀ ਚਾਹੁੰਦਾ ਕਿਉਂਕਿ ਅਕਸਰ ਅਸੀਂ ਇਹ ਸ਼ਬਦ ਜਦੋਂ ਦਾਤਾ ਕੋਈ ਸਾਨੂੰ ਦਾਤ ਦੇ ਤੇ ਆਪਣੇ ਨਾਲ ਟੁਕਾ ਕੇ ਕਹਿੰਦੇ ਹਾਂ ਵੀ ਇਹ ਸ਼ਬਦ ਜ਼ਰੂਰ ਪੜ੍ਹੋ ਕਿ ਜੋ ਮੰਗ ਹੈ ਠਾਕੁਰ ਆਪਣੇ ਤੇ। ਅਸਲ ਵਿੱਚ ਇਹ ਖਾਲਸੇ ਦਾ ਬੋਲਾ ਹੈ, ਇਹ ਬ੍ਰਹਮ ਗਿਆਨੀ ਦਾ ਬੋਲਾ ਹੈ, ਇਹ ਸੰਤ ਦਾ ਬੋਲਾ ਹੈ, ਇਹ ਕਰਨੀ ਵਾਲੇ ਓਤ ਪੋਤ ਅੰਦਰੋਂ ਜੁੜੇ ਹੋਏ ਦਾ ਬੋਲਾ ਹੈ। ਐਵੇਂ ਨਹੀਂ ਕਿ ਘਰੋਂ ਉੱਠਿਆ ਤੇ ਮੈਂ ਕਹਿ ਦਿੱਤਾ ਮੇਰੇ ਲਈ ਸ਼ਬਦ ਪੜ੍ਹ ਦਿਓ। ਸੱਚ ਜਾਣੋ, ਠੀਕ ਹੈ ਸ਼ਬਦ ਸੁਣਨਾ ਪੜ੍ਹਨਾ ਬੜੀ ਚੰਗੀ ਗੱਲ ਹੈ, ਪਰ ਭਰਮ ਨੂੰ ਨਾ ਪਾਲਦੇ ਰਹੀਏ ਕਿ ਸ਼ਾਇਦ ਇਹ ਬੋਲੇ ਮੇਰੀ ਜ਼ਬਾਨ ਦੇ ਬੋਲੇ। ਪਹਿਲੀ ਬੇਨਤੀ ਕਰਾਂ, ਗੁਰੂ ਅਰਜਨ ਸਾਹਿਬ ਨੇ ਕਿਹਾ ਇਹ ਬੋਲੇ ਕਿੰਨਾ ਦੇ ਨੇ ਜੀ? ਉਹਨਾਂ ਨੇ ਪਹਿਲਾ ਸ਼ਬਦ ਵਰਤਿਆ ਕਿਵੇਂ, ਜਿਨ੍ਹਾਂ ਦੇ ਸਿਰ ਉੱਤੇ ਮੇਰੇ ਰੱਬ ਦਾ ਹੱਥ ਹੋਵੇ ਇਹ ਉਹਨਾਂ ਦੇ ਬੋਲੇ। ਦੂਸਰਾ ਸ਼ਬਦ ਕਿਹਾ ਕਿ ਜਿਨ੍ਹਾਂ ਦੇ ਉੱਤੇ ਮੇਰੇ ਪਰਮਾਤਮਾ ਦੀ ਨਜ਼ਰ ਹੋਵੇ ਇਹ ਉਹਨਾਂ ਦੇ ਬੋਲੇ ਨੇ। ਤੇ ਤੀਜਾ ਸ਼ਬਦ ਕਿਹਾ ਕੇਵਲ ਹੱਥ ਤੇ ਨਜ਼ਰ ਨਹੀਂ, ਜਿਨ੍ਹਾਂ ਨੂੰ ਮੇਰੇ ਗੁਰੂ ਨੇ ਕੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਇਹ ਗੱਲ ਵਿੱਚ ਲੱਗਿਆ ਹੋਇਆਂ ਦੇ ਬੋਲੇ। ਉਸ ਸ਼ਬਦ ਵਿੱਚ ਤਿੰਨ ਗੱਲਾਂ ਪਹਿਲਾਂ ਕਹੀਆਂ ਨੇ ਤੇ ਅਸੀਂ ਉਹ ਪੜ੍ਹਦੇ ਹਾਂ। ਚਤੁਰ ਦਿਸ਼ਾ ਕੀਨੂੰ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਜੇ ਬੋਲ ਬਾਲੇ ਕਰਨੇ ਨੇ ਤੇ ਅਰਦਾਸ ਕਰ ਮੇਰੇ ਸਤਿਗੁਰੂ, ਮੇਰਾ ਬੋਲਾ ਤਾਂ ਰਹੇਗਾ ਜੇ ਤੇਰਾ ਹੱਥ ਮੇਰੇ ਸਿਰ ਦੇ ਉੱਤੇ ਹੋਵੇ। ਤੇ ਕਹਿਣ ਲੱਗੇ ਚਤੁਰ ਦਿਸ਼ਾ ਕੀਨੂੰ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਸਿਰ ਉੱਤੇ ਹੱਥ ਹੋਵੇ। ਤੇ ਦੂਜੀ ਉਸ ਬੋਲੇ ਵਾਲੇ ਦੀ ਨਿਸ਼ਾਨੀ ਹੈ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਧਾਰਿਓ, ਉਹਦੇ ਤੇ ਕਿਰਪਾ ਕਟਾਕਸ਼ ਹੋਵੇ, ਉਹਦੇ ਤੇ ਮੇਰ ਭਰੀ ਨਜ਼ਰ ਹੋਵੇ। ਤੇ ਤੀਜਾ ਬਚਨ ਕਹਿਣ ਲੱਗੇ ਪਿਆਰੇ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਧਾਰਿਓ, ਹਰ ਜਨ ਰਾਖੇ ਗੁਰ ਗੋਬਿੰਦ
ਜਿਹੜੇ ਬੋਲੇ ਬੋਲਦੇ ਨੇ ਉਹ ਗੁਰੂ ਤੋਂ ਟੁੱਟੇ ਹੋਏ ਨੇ, ਉਹ ਇੰਨੇ ਕੁ ਜੁੜੇ ਨੇ, ਕੰਠ ਲਾਏ ਅਵਗੁਣ ਸਭ ਮੇਟੈ ਦਇਆਲ ਪੁਰਖ ਬਖਸ਼ੰਦ, ਜਿਨ੍ਹਾਂ ਦੇ ਫਿਰ ਉੱਪਰ ਕਰ ਧਾਰਿਓ, ਜਿਨ੍ਹਾਂ ਨੂੰ ਕਿਰਪਾ ਕਟਾਖ ਅਵਲੋਕਨ ਕੀਨੋ, ਜਿਨ੍ਹਾਂ ਨੂੰ ਕੰਠ ਲਾਇਆ ਹੋਇਆ, ਫਿਰ ਜਦੋਂ ਉਹ ਆਪਣੀ ਜ਼ਬਾਨ ਤੋਂ ਬੋਲਦੇ ਨੇ ਉਹਨਾਂ ਨੂੰ ਸਾਹਿਬ ਕਹਿੰਦੇ ਨੇ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁੱਖ ਤੇ ਜੋ ਬੋਲੇ ਉਹ ਵੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਧਿਆਨ ਦਿਓ, ਹਜ਼ੂਰ ਕਹਿ ਰਹੇ ਨੇ ਫਿਰ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁੱਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਉਹ ਬੋਲਾਂ ਜਿਹੜਾ ਇੱਥੇ ਵੀ ਸੱਚ ਹੋਵੇ ਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਸੱਚ ਹੋਵੇ। ਕਈ ਵਾਰੀ ਸਾਨੂੰ ਕੋਈ ਨਾ ਕੋਈ ਉਦਾਹਰਨ ਲੈਣੀ ਪੈਂਦੀ ਵੀ ਇਹ ਕਿਵੇਂ ਹੋ ਸਕਦਾ। ਭਾਈ ਗੁਰਦਾਸ ਉਹਨਾਂ ਨੇ ਇੱਕ ਪੌੜੀ ਬਹੁਤ ਪਿਆਰੀ ਇਸ ਸੰਬੰਧੀ ਕਹੀ ਹੈ, ਭਾਵੇਂ ਇਹ ਉਦਾਹਰਨ ਬਹੁਤ ਪੁਰਾਣਕ ਹੈ ਤੇ ਅਰਜ਼ ਕਰਾਂ, ਸਿਰਫ ਬੇਨਤੀ ਕਰਨੀ ਹੈ ਵੀ ਜਿਹਦੇ ਬੋਲਾਂ ਵਿੱਚ ਰੱਬ ਵਰਤਦਾ ਉਹਦੇ ਬੋਲੇ ਇੱਥੇ ਤੇ ਉੱਥੇ ਝੂਠੇ ਨੇ। ਅਸੀਂ ਕਈ ਵਾਰੀ ਇਹ ਪੜ੍ਹਦੇ ਹਾਂ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਉਹਦੇ ਬੋਲਾਂ ਨੇ ਕਰੋੜਾਂ ਲੋਕਾਂ ਦੀਆਂ ਜਮਾਂ ਦੀਆਂ ਫਾਹੀਆਂ ਕਰ ਦਿੱਤੀਆਂ, ਉਹਨਾਂ ਬੋਲਿਆਂ ਦਾ ਫਿਰ ਧਿਆਨ ਧਰਿਆ ਜਾਂਦਾ। ਕਹਿਣ ਲੱਗੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜੰਪੁਰ ਗਿਆ ਪੁਕਾਰ ਸੁਣ ਗਲ ਲਾਮਨ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓਸ, ਉਹਨੇ ਬੋਲਿਆ ਉਹਦੇ ਅੰਦਰੋਂ ਇੱਕ ਬੋਲਾ ਨਿਕਲਿਆ, ਧਰਮ ਰਾਏ ਨੂੰ ਆਖਿਓਸ, ਸਭਨਾ ਦੀ ਕਰ ਬੰਦ ਖਲਾਸੀ, ਤੇ ਜਿਹਦੇ ਫਿਰ ਬੋਲੇ ਖਾਲਸੇ ਹੀ ਹੋਣ ਨਾ ਉਹਦੇ ਅੱਗੇ ਹੱਥ ਜੋੜ ਕੇ ਧਰਮ ਰਾਜ ਵੀ ਖਲੋ ਜਾਂਦਾ। ਖਾਲਸੇ ਦੇ ਬੋਲ ਬਾਲੇ ਹੋਣ, ਧਰਮ ਰਾਏ ਨੂੰ ਆਖਿਓਸ, ਸਭਨਾ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ ਖਾਉ ਸੇਵਰ ਠਾਕੁਰ ਅਗਨਾਸ਼ੀ। ਕਹਿਣ ਲੱਗੇ ਮੈਂ ਇਹਨਾਂ ਨੂੰ ਛੱਡ ਨਹੀਂ ਸਕਦਾ, ਜਿੰਨੀ ਦੇਰ ਤੱਕ ਇਹਨਾਂ ਦੇ ਜਿਤਨੇ ਕੀਤੇ ਪਾਪ ਨੇ ਉਨੀ ਕੋਈ ਕਮਾਈ ਆਪਣੀ ਦੇਵੇ। ਹੁਣ ਦੇਖੋ ਉਹਦੇ ਅੰਦਰ ਸੱਚ, ਸਿਰ ਮੈਂ ਉਦਾਹਰਨ ਅਰਜ਼ ਕਰ ਰਿਹਾ, ਅੰਦਰ ਸੱਚ ਹੈ। ਉਸਨੇ ਇੱਕੋ ਸ਼ਬਦ ਕਿਹਾ, ਕਹਿੰਦੇ ਜੇ ਮੈਂ ਕਮਾਈ ਕੀਤੀ ਹੈ ਨਾ, ਮੇਰੀ ਕਮਾਈ ਵਿੱਚੋਂ ਜਿਤਨੀ ਕਮਾਈ ਲੱਗ ਸਕਦੀ ਹੈ ਇਹਨਾਂ ਦੀ ਬੰਦ ਖਲਾਸੀ ਕਰ ਦੇ। ਉਸ ਵੇਲੇ ਕਹਿੰਦੇ ਨੇ, ਗਹਿਣੇ ਧਰਿਓ ਨੇ ਏਕ ਨਾਉ, ਪਾਪਾਂ ਨਾਲ ਕਰੇ ਨਿਰਜਾਸੀ, ਪਰ ਸੰਗ ਪਾਪ ਨਾ ਪੁੱਜਨੇ, ਗੁਰਮੁਖ ਨਾਉ ਅਤੁਲ ਨਾ ਤੁਲਾਸੀ, ਨਰਕੋ ਛੁੱਟੇ ਜੀ ਜੰਤ, ਕੱਟੀ ਸਿਲ ਗਲੋ ਜਮ ਫਾਸੀ, ਤੇ ਕਿਹੜੇ ਬੋਲੇ ਮੁਕਤ ਜੁਗਤ ਨਾਵੇਂ ਕੀ ਬਸ। ਜਿਹਦੇ ਕੋਲ ਪਰਮਾਤਮਾ ਦੇ ਨਾਮ ਦਾ ਬੋਲ ਬਾਲਾ ਹੋਵੇ, ਜਿਹਦੇ ਕੋਲ ਵਾਹਿਗੁਰੂ ਦਾ ਨਾਮ ਹੋਵੇ, ਖੈਰ ਆਓ ਆਪਾਂ ਇਸ ਵਿਸ਼ੇ ਤੇ ਅੱਗੇ ਤੁਰੀਏ। ਹਜ਼ੂਰ ਕਹਿੰਦੇ ਨੇ, ਇੱਕ ਬੋਲੇ ਉਹ ਨੇ ਜਿਨ੍ਹਾਂ ਦਾ ਧਿਆਨ ਕਰਕੇ ਲੋਕ ਜੀਵਨ ਕਮਾਉਂਦੇ ਪਏ ਨੇ, ਇੱਕ ਬੋਲੇ ਉਹ ਨੇ ਜਿਹੜੇ ਬੰਦੇ ਦੇ ਅੰਦਰ ਨੂੰ ਆਪ ਵੀ ਸਾਰਦੇ ਨੇ ਤੇ ਜਦੋਂ ਦੂਜਾ ਕੰਨਾ ਨਸੁਰਦਾ ਤੇ ਅੰਦਰ ਉਹਦਾ ਵੀ ਸਾਰਦੇ ਪਏ। ਦੋ ਪ੍ਰਮਾਣ ਦੇ ਕੇ ਅੱਗੇ ਤੁਰਨੇ। ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਬੋਲਨੇ ਹਾਂ, ਕਹਿੰਦੇ ਨੇ ਉਹ ਬੋਲਾ ਬੋਲ ਜਿਹਦੇ ਬੋਲਣ ਨਾਲ ਤੇਰੀ ਸਮਾਜ ਵਿੱਚ ਇੱਜ਼ਤ ਬਣ ਜਾਏ, ਉਹ ਬੋਲਾ ਬੋਲ ਜਿਹਦੇ ਬੋਲਣ ਦੇ ਨਾਲ ਤੇਰੀ ਪਰਮਾਤਮਾ ਦੇ ਘਰ ਵੀ ਸਾਂਝ ਪੈ ਜਾਏ, ਉਹ ਬੋਲ ਬੋਲ ਜਿਹਦੇ ਬੋਲਣ ਦੇ ਨਾਲ ਲੋਕਾਂ ਦੇ ਅੰਦਰ ਨੂੰ ਸ਼ੀਤਲਤਾ ਮਿਲੇ। ਸਾਹਿਬ ਨੇ ਉਸ ਬੋਲਿਆਂ ਸੰਬੰਧੀ ਇੱਕ ਬਚਨ ਕਿਹਾ, ਕਹਿਣ ਲੱਗੇ ਜਿਤ ਬੋਲਿਆ ਪੱਤ ਪਾਈਐ, ਇਹਨੇ ਖਾਲਸਾ ਹੀ ਬੋਲੇ, ਜਿਹਦੇ ਬੋਲਣ ਨਾਲ ਲੋਕ ਪ੍ਰਲੋਕ ਵਿੱਚ ਪੱਤ ਬਣਦੀ ਹੋਵੇ, ਇਹੋ ਜਿਹਾ ਬੋਲ ਬੋਲ ਸ਼ਬਦ ਵਰਦੇ ਨੇ। ਜਿਤ ਬੋਲਿਆ ਪੱਤ ਪਾਈਐ, ਸੋ ਬੋਲਿਆ ਪ੍ਰਵਾਨ, ਉਹ ਬੋਲਿਆ ਪ੍ਰਵਾਨ ਹੈ ਜਿਹੜਾ ਰੱਬ ਦੀ ਦਰਗਾਹ ਵਿੱਚ ਇੱਜ਼ਤ ਦਵਾਏ। ਫਿੱਕਾ ਬੋਲ ਗੁੱਚਣਾ, ਸੁਣ ਮੂਰਖ ਮਨ ਆ ਜਾਣ, ਜੇ ਤੂੰ ਜ਼ਬਾਨ ਤੋਂ ਫਿੱਕਾ ਬੋਲ ਕੇ ਕਿਸੇ ਨੂੰ ਗਾਲਾਂ ਕੱਢੀ ਜਾਣਾ ਤੇ ਮਗਰੋਂ ਕਹਿ ਖਾਲਸਾ ਵੀਰ ਰਸ ਵਿੱਚ ਮੈਨੂੰ ਖਿਮਾ ਕਰਿਓ, ਉਹ ਖਾਲਸੇ ਦੇ ਬੋਲੇ ਨਹੀਂ, ਉਹ ਅੰਮ੍ਰਿਤਧਾਰੀ ਦੇ ਬੋਲੇ ਨਹੀਂ, ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੇ ਬੋਲੇ ਨਹੀਂ ਹੋ ਸਕਦੇ। ਸਾਹਿਬ ਕਹਿੰਦੇ ਨੇ, ਜਿਤ ਬੋਲਿਆ ਪਤ ਪਾਈਆ, ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਗੁੱਚਣਾ, ਸੁਣ ਮੂਰਖ ਮਨ ਆ ਜਾਣ। ਸਤਿਗੁਰੂ ਫਿੱਕਾ ਬੋਲ ਕੇ ਵਿਗੁੱਚੀ ਦਾ ਕਿਵੇਂ, ਇਹ ਤਾਂ ਕਹਿ ਦਿੱਤਾ ਵੈਸੇ ਵਿਗੁੱਚਣ ਦਾ ਅਰਥ ਹੁੰਦਾ ਖੁਆਰ ਹੋਣਾ, ਦਾਤਾ ਜੀ ਕਿਵੇਂ ਵਿਗੁੱਚੀ ਦਾ ਫਿੱਕਾ ਬੋਲ ਕੇ। ਉੱਥੇ ਫਿਰ ਮੇਰੇ ਸਾਹਿਬ ਨੇ ਇੱਕ ਸ਼ਲੋਕ ਕਿਹਾ ਆਸਾ ਕੀ ਵਾਰ ਦਾ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਇਹ ਵੀ ਵਿਗੁੱਚਣਾ, ਜਦੋਂ ਤੂੰ ਫਿੱਕਾ ਬੋਲੇਗਾ ਖੁਆਰ ਕੀ ਹੋਵੇਗਾ, ਤੇਰਾ ਆਪਣਾ ਤਨ ਵੀ ਬਿਲਕੁਲ ਫਿੱਕਾ ਪੈ ਜਾਏਗਾ। ਅਸਲੀਅਤ ਹੈ
ਕਿ ਜਦੋਂ ਆਪਾਂ ਆਪਣੇ ਅੰਦਰ ਨੂੰ ਰੁੱਖਿਆਂ ਰੱਖ ਕੇ ਗੱਲ ਕਰਾਂਗੇ ਤੇ ਜਿਹੜਾ ਬੰਦਾ ਰੁੱਖਾ ਬੋਲਦਾ ਨਾ, ਉਸ ਬੰਦੇ ਦਾ ਅੰਦਰ ਕਦੀ ਵੀ ਭਿੱਜਿਆ ਹੋਇਆ ਨਹੀਂ ਹੋ ਸਕਦਾ। ਜਿਹੜਾ ਬੰਦਾ ਭਿੱਜ ਕੇ ਬੋਲਦਾ ਹੈ, ਮੇਰਾ ਰੱਬ ਮੇਲ ਕਰੇ, ਜ਼ਿਆਦਾਤਰ ਉਹ ਲੋਕ ਨੇ ਜਿਨ੍ਹਾਂ ਦੇ ਆਪਣੇ ਅੰਦਰ ਭਿੱਜੇ ਹੁੰਦੇ ਨੇ। ਕਦੀ ਤੱਕ ਉਹ ਇੱਕ ਉਦਾਹਰਨ ਅਰਜ਼ ਕਰਾਂ, ਲੂ ਗਰਮ ਚੱਲਦੀ ਪਈ ਹੈ, ਤਨ ਨੂੰ ਉਹ ਚਮੜੀ ਨੂੰ ਸਾੜਦੀ ਪਈ ਹੈ, ਤੇ ਜੇ ਕਿਤੇ ਠੰਡੇ ਪਾਣੀ ਦਾ ਦਰਿਆ ਕੋਲ ਵਗਦਾ ਹੋਵੇ ਤੇ ਉਸ ਦਰਿਆ ਵਿੱਚ ਇਸ਼ਨਾਨ ਕਰਕੇ ਬਾਹਰ ਨਿਕਲੋ ਤੇ ਉਹੀ ਲੂ ਜਿਹੜੀ ਇਹ ਬੰਦੇ ਨੂੰ ਠੰਡੀ ਲੱਗਣ ਲੱਗ ਪੈਂਦੀ। ਕਿਉਂ? ਇੱਕ ਘੜੀ ਪਹਿਲਾਂ ਉਹ ਤਨ ਨੂੰ ਸਾੜਦੀ ਸੀ, ਹੁਣ ਤਨ ਦੀ ਚਮੜੀ ਨੂੰ ਠੰਡ ਕਿਉਂ? ਕਹਿਣ ਲੱਗੇ ਦਾ ਕਾਰਨ ਇਹ ਵੇ ਕਿ ਅਸਲ ਵਿੱਚ ਤੂੰ ਆਪ ਠੰਡਾ ਹੋ ਕੇ ਆਇਆ, ਤੇਰੇ ਸਰੀਰ ਨੂੰ ਲੱਗਾ ਹੋਇਆ ਜਲ ਪਾਣੀ ਉਹਦੀ ਤਸੀਰ ਠੰਡੀ ਤੇ ਲੂ ਵੀ ਠੰਡੀ ਲੱਗਣ ਲੱਗ ਪਈ ਏ। ਜਿਹੜਾ ਆਪ ਠੰਡਾ ਹੋਵੇਗਾ ਉਹਦੇ ਅੰਦਰ ਕੋਲ ਬੈਠਿਆਂ ਵੀ ਠੰਡ ਪੈ ਗਈ, ਤੇ ਜਿਹੜਾ ਆਪ ਹੀ ਅੰਦਰੋਂ ਸਰਿਆ ਭੁੱਜਿਆ ਪਿਆ, ਸੱਚ ਜਾਣੋ ਉਹਨੇ ਕਿਸੇ ਦੇ ਅੰਦਰ ਨੂੰ ਟਿਕਾ ਨਹੀਂ ਜੀ ਦੇਣਾ। ਮੇਰੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆ, ਫਿੱਕੋ ਫਿੱਕੀ ਸੋਏ ਸੋਏ ਦਰਸ ਦਾ ਸ਼ੋਭਾ। ਬਗੈਰ ਦੱਸਣ ਤੋਂ ਲੋਕੀ ਅੱਗੇ ਜਾ ਕੇ ਦੱਸ ਦਿੰਦੇ ਨੇ ਫਲਾਣੇ ਬੰਦੇ ਨਾਲ ਗੱਲ ਨਾ ਕਰੀ, ਬੜਾ ਭੈੜਾ ਬੋਲਦੇ, ਬੜਾ ਰੁੱਖਾ ਬੋਲਦੇ। ਸਾਹਿਬ ਕਹਿੰਦੇ ਨੇ ਉਹਦੀ ਚਾਰ ਚੁਫੇਰੇ ਮਸ਼ਹੂਰੀ ਫਿੱਕਾ ਬੋਲਣ ਕਰਕੇ ਹੋ ਜਾਂਦੀ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆ, ਫਿੱਕੇ ਫਿੱਕੀ ਸੋਏ, ਫਿੱਕਾ ਮੂਰਖ ਆਖੀਐ ਦਰਗਾਹ ਲੈ ਸਜਾਏ। ਉਸ ਬੰਦੇ ਨੂੰ ਰੱਬ ਦੀ ਦਰਗਾਹ ਵਿੱਚ ਪਾਣਾ ਦੀ ਸਜ਼ਾ ਮਿਲਦੀ ਏ, ਉਹਨੂੰ ਜੁੱਤੀਆਂ ਦੀ ਸਜ਼ਾ ਮਿਲਦੀ ਏ, ਜਿਹੜਾ ਕੇਵਲ ਜ਼ਬਾਨ ਤੋਂ ਫਿੱਕਾ ਬੋਲੀ ਜਾਏ। ਸਹਿਬ ਬਾਬੇ ਫਰੀਦ ਨੂੰ ਪੁੱਛੋ, ਉਹ ਕਹਿੰਦੇ ਨੇ ਜ਼ਬਾਨ ਤੋਂ ਬੋਲਣ ਵਾਲਿਆ ਇੰਨਾ ਕੁ ਫਿੱਕਾ ਨਾ ਬੋਲੀ। ਅੱਜ ਬਹੁਤ ਖੇਦ ਲੱਗਦਾ, ਅਸੀਂ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਰਨੀ, ਕਈ ਵਾਰੀ ਇਹ ਭੁਲੇਖਾ ਪਾਉਣ ਦੇ ਲਈ ਸੰਗਤ ਵਿੱਚ ਕਿ ਇਹ ਬੁਲਾਰਾ ਜਿਹੜਾ ਬਹੁਤ ਕੜਕਣਾ ਬੋਲਦਾ, ਇਹਦੇ ਜ਼ਬਾਨ ਇਹ ਜਦੋਂ ਬੋਲਦਾ ਬਸ ਲੋਕਾਂ ਦੀ ਧੰਨ ਧਨ ਕਰਾ ਦਿੰਦਾ। ਮੈਨੂੰ ਖਿਮਾ ਕਰਿਓ, ਮੇਰੇ ਗੁਰੂ ਨਾਨਕ ਦੀ ਰਚਨਾ ਬਿਲਕੁਲ ਫਿੱਕੀ ਨਹੀਂ, ਤੇ ਜੇ ਕੋਈ ਨਿੱਜੀ ਕੌਮੇ ਦੇ ਸ਼ਬਦ ਵਿੱਚ ਵਰਦਾ ਪਿਆ ਉਹ ਗੁਰੂ ਨਾਨਕ ਦੇ ਬੋਲੇ ਨਹੀਂ ਹੋ ਸਕਦੇ। ਗੁਰੂ ਤਾਂ ਹੈ ਨਹੀਂ ਤੂੰ ਬੋਲਣਾ ਜੀ, ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਬਾਬਾ ਜੀ ਕਹਿੰਦੇ ਨੇ ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਮੇਰੇ ਗੁਰੂ ਦੇ ਤੇ ਬੋਲੇ ਇਹ ਨੇ ਕਿ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ, ਮੇਰੇ ਗੁਰੂ ਦੇ ਤਾਂ ਬੋਲ ਇਹ ਨੇ ਕਿ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤੇਰੀ ਤਾਂ ਮੇਰੇ ਦਾਤਾ ਚਾਲ ਸਾਰੰਗ ਦੀ ਤਰ੍ਹਾਂ ਹਾਥੀ ਦੀ ਤਰ੍ਹਾਂ ਮਸਤ ਹੈ, ਤੇ ਤੇਰੇ ਬੋਲ ਜਿਹੜੇ ਨੇ ਉਹ ਕੋਇਲ ਨਾਲੋਂ ਵੀ ਵੱਧ ਮਿੱਠੇ ਨੇ। ਤੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਇੱਕ ਸ਼ਬਦ ਕਿਹਾ, ਕਹਿੰਦੇ ਨੇ ਜਦੋਂ ਮੇਰਾ ਗੁਰੂ ਬੋਲਦਾ ਮੇਰੇ ਸਹਿਬ ਬੋਲਦੇ ਨੇ, ਤੇ ਪਤਾ ਕੀ ਬੋਲਦੇ ਨੇ? ਗੁਰ ਰਸਨਾ ਅੰਮ੍ਰਿਤ ਬੋਲਦੀ, ਹਰਨਾਮ ਸੁਹਾਵੀ। ਜਦੋਂ ਮੇਰੇ ਗੁਰੂ ਨੂੰ ਕੋਈ ਪਿਆਰ ਕਰਦਾ ਉਹ ਕਹਿੰਦਾ ਦੁਨੀਆਂ ਵਿੱਚ ਸਭ ਤੋਂ ਮਿੱਠਾ ਸ਼ਬਦ ਮਾਂ ਹੈ, ਪਰ ਜਦੋਂ ਮੈਂ ਆਪਣੇ ਸਾਈਂ ਦੀ ਗੱਲ ਕਰਨਾ ਤੇ ਮੇਰੇ ਸਾਈਂ ਦਾ ਨਾਮ ਮਾਂ ਨਾਲੋਂ ਵੀ ਵੱਧ ਮਿੱਠਾ। ਗੁਸਾਈ ਮਹਿੰਡਾ ਇੱਛੜਾ ਅੰਬ ਅੱਬੇ ਥਾਵਾਂ ਵਿਛੜਾ। ਇਹ ਕਾਰਨ ਇੱਕ ਸੱਜਣ ਨੇ ਕਿਹਾ, ਕਹਿੰਦਾ ਔਰੰਗਜ਼ੇਬ ਦੀ ਤਿੱਖੀ ਤਲਵਾਰ ਨੇ ਉਹਨੇ ਲੋਕਾਂ ਨੂੰ ਦੀਨ ਵਿੱਚ ਨਹੀਂ ਲਿਆਂਦਾ ਜਿੰਨੀ ਬਾਬੇ ਫਰੀਦ ਦੀ ਮਿੱਠੀ ਜ਼ਬਾਨ ਨੇ ਲਿਆਂਦਾ, ਉਹਦੇ ਅੰਦਰ ਦੀ ਉੱਕਾ ਕਾਦਰਤਾ ਨੇ ਲਿਆਂਦਾ। ਬਾਬਾ ਜੀ ਨੇ ਉੱਤੇ ਸ਼ਬਦ ਵਰਤੇ ਨੇ, ਫਿਰ ਮੈਂ ਵਿਸ਼ੇ ਕੱਲ੍ਹ ਦੇ ਪਹੁੰਚਣਾ ਪਿਆ। ਉਹਨਾਂ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਸਭਨਾ ਮਨ ਮਾਨਕ ਥਾਨ ਮੂਲ ਮਚਾਂਦਵਾ, ਸਾਰਿਆਂ ਦੇ ਅੰਦਰ ਮੇਰਾ ਪਿਆਰਾ ਵਾਹਿਗੁਰੂ ਬੈਠਾ, ਕੋਈ ਐਸਾ ਹਿਰਦਾ ਨਹੀਂ ਜਿਹਦੇ ਵਿੱਚ ਸਾਈ ਨਹੀਂ। ਸਭਨਾ ਮਨ ਮਾਨਕ ਥਾਨ ਮੂਲ ਮਚਾਂਦਵਾ, ਜੇ ਜੋ ਤੋ ਤਰਿਆ ਦੀ ਸਿੱਖ ਤਾਂ ਹਿਆਉ ਨਾ ਖਾਹੇ, ਕਹੀ ਦਾ ਕਿਸੇ ਦੇ ਹਿਰਦੇ ਨੂੰ ਤਾਈ ਨਾ, ਕਿਉਂਕਿ ਖਾਲਸੇ ਦਾ ਬੋਲਾ ਕਿਸੇ ਦੇ ਅੰਦਰ ਨੂੰ ਢਾਂਦਾ ਨਹੀਂ। ਹੁਣ ਉਸ ਤੋਂ ਅੱਗੇ ਜਿਹੜਾ ਬਚਨ ਕਿਹਾ, ਪਹਿਲਾ ਜਿਹੜਾ ਸ਼ਲੋਕ ਹੈ ਉਹ ਇਹ ਵੇ, ਤੇ ਪੁੱਛੀਏ ਬਾਬਾ ਜੀ ਕਿਵੇਂ ਅੰਦਰ ਢਹਿੰਦੇ ਨੇ? ਕਹਿੰਦੇ ਨੇ ਇੱਕ ਫਿੱਕਾ ਨਾ ਗਾਲ ਆਏ, ਸਭਨਾ ਮੈਂ ਸੱਚਾ ਧਣੀ, ਹੈ ਆਓ ਨਾ ਕਹੀ ਥਾਹੇ, ਮਾਨਕ ਸਭ ਅਮੋਲ। ਫਿੱਕਾ ਨਾ ਬੋਲ, ਇਹੋ ਜਿਹਾ ਬੋਲੇ ਨਾ ਬੋਲ ਜਿਹਦੇ ਨਾਲ ਕਿਸੇ ਦਾ ਅੰਦਰ ਟੁੱਟ ਜਾਏ। ਹਾਂ, ਜਿੱਥੇ ਹਜ਼ੂਰ ਨੇ ਮਿਠਾਸ ਦੀ ਗੱਲ ਕੀਤੀ ਉੱਥੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਦੇ ਬੋਲਿਆਂ ਵਿੱਚ ਇੱਕ ਬਚਨ ਕਿਹਾ ਹੈ ਕਿ ਜਦੋਂ ਕੋਈ ਪਖੰਡ ਦੰਭ ਕਰਕੇ ਆਪਣੇ ਅੰਦਰ ਦੀ ਜ਼ਮੀਰ ਨੂੰ ਮਾਰ ਕੇ ਕਿਸੇ ਦੀ ਬੋਲੀ ਬੋਲਣ ਲੱਗ ਪਵੇ ਉਹਨੂੰ ਖਾਲਸੇ ਦੇ ਬੋਲੇ ਨਹੀਂ ਕਹਿੰਦੇ।
ਖਾਲਸੇ ਦੇ ਬੋਲੇ ਦਰ ਤੇ ਜਿਹੜਾ ਸੱਚ ਤੇ ਟਿਕੇ ਬੋਲ ਨੇ, ਖਾਲਸੇ ਦੇ ਬੋਲੇ ਦਰ ਤੇ ਜਿਹੜੇ ਜ਼ਮੀਰ ਵਿੱਚੋਂ ਨਿਕਲੇ ਹੋਏ ਬੋਲ ਨੇ, ਖਾਲਸੇ ਦੇ ਬੋਲੇ ਦਰ ਤੇ ਜਿਹੜੇ ਸ਼ਬਦ ਵਿੱਚੋਂ ਨਿਕਲੇ ਬੋਲ ਨੇ, ਖਾਲਸੇ ਦੇ ਬੋਲੇ ਦਰ ਤੇ ਜਿਹੜੇ ਅਕਾਲ ਦੇ ਵਿੱਚੋਂ ਨਿਕਲੇ ਹੋਏ ਬੋਲ। ਮੇਰੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਵਿੱਚੋਂ ਕੁਝ ਕੁ ਉਦਾਹਰਨਾਂ ਦੇਣੀਆਂ ਨੇ ਕਿ ਜਦੋਂ ਖਾਲਸੇ ਦੇ ਬੋਲਿਆਂ ਦੀ ਗੱਲ ਕਰਨੀ ਆ ਕਿ ਗੁਰੂ ਮੇਰੇ ਨੇ ਉਹ ਬੋਲੇ ਬੋਲੇ ਜਿਹੜੇ ਪਖੰਡ ਤੋਂ ਭਰਮ ਤੋਂ ਸਾਨੂੰ ਬਚਾਉਂਦੇ ਪਏ ਨੇ, ਸਤਿਗੁਰੂ ਨੇ ਉਹ ਬੋਲ ਬੋਲੇ ਜਿਹਨੇ ਤੜਪਦੇ ਹੋਏ ਲੋਕਾਂ ਦੇ ਅੰਦਰ ਸ਼ਾਂਤ ਕਰ ਦਿੱਤੇ। ਪਹਿਲੀ ਬੇਨਤੀ ਕਰਾਂ, ਇੱਕ ਗੁਰੂ ਗ੍ਰੰਥ ਸਾਹਿਬ ਦੇ ਬਸੰਤ ਰਾਗ ਵਿੱਚ ਸ਼ਬਦ ਹੁੰਦਾ, ਆਦ ਪੁਰਖ ਕੋ ਅੱਲਾਹ ਕਹੀਏ, ਹਜ਼ੂਰ ਦਾ ਸ਼ਬਦ ਹੈ। ਕਹਿਣ ਲੱਗੇ ਕਿ ਪਹਿਲਾਂ ਜਿਹਨੂੰ ਆਦ ਪੁਰਖ ਕਿਹਾ ਜਾਂਦਾ ਸੀ, ਹੁਣ ਜਦੋਂ ਕੋਈ ਤੇਰੇ ਉੱਤੇ ਜ਼ੁਲਮ ਕਰਦਾ ਤੇ ਇੱਕੋ ਸ਼ਬਦ ਤੂੰ ਕਹਿਣਾ ਪਿਆ, ਹੁਣ ਅੱਲਾ ਹੀ ਕਹਿਣਾ ਚਾਹੀਦਾ, ਰੱਬ ਹੀ ਕਹੋ, ਖੁਦਾ ਹੀ ਕਹੋ। ਦੇਖੋ ਗੱਲ ਬੋਲਿਆਂ ਦੀ, ਆਦ ਪੁਰਖ ਕੋ ਅੱਲਾਹ ਕਹੀਏ, ਜਿਹਨੂੰ ਆਦ ਪੁਰਖ ਕਿਹਾ ਜਾਂਦਾ ਸੀ ਉਹਨੂੰ ਕੁਣ ਤੂੰ ਅੱਲਾਹ ਕਹੀ ਜਾਂਦਾ। ਉੱਥੇ ਹਜ਼ੂਰ ਨੇ ਸ਼ਬਦ ਵਰਤੇ ਨੇ ਅੱਲਾਹ ਕਹਿਣ ਦਾ ਭਾਵ ਨਫ਼ਰਤ ਨਹੀਂ। ਕਹਿਣ ਲੱਗੇ ਅੱਜ ਤੇਰੇ ਤੇ ਦਬਾਅ ਪਿਆ, ਤੂੰ ਅੱਲਾਹ ਕਹਿ ਦਿੱਤਾ, ਕੱਲ ਨੂੰ ਤੈਨੂੰ ਦਬਾ ਕੇ ਕੋਈ ਹੋਰ ਕਹੇਗਾ, ਤੂੰ ਹੋਰ ਸ਼ਬਦ ਬੋਲੇਗਾ। ਅਸਲ ਵਿੱਚ ਤੇਰਾ ਬੋਲਾ ਤੇਰੇ ਅੰਦਰ ਦੀ ਜ਼ਮੀਰ ਦਾ ਹੋਣਾ ਚਾਹੀਦਾ। ਉੱਥੇ ਹਜ਼ੂਰ ਨੇ ਇੱਕ ਤੁਕ ਕਹੀ, ਕਹਿਣ ਲੱਗੇ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਕਹਿਣ ਲੱਗੇ ਜਿਹਨੂੰ ਤੂੰ ਕੱਲ ਤੱਕ ਪਿਤਾ ਜੀ ਕਹਿੰਦਾ ਸੈਂ, ਜਿਹਨੂੰ ਕੱਲ ਤੱਕ ਤੂੰ ਬਾਪੂ ਕਹਿੰਦਾ ਸੈਂ, ਹੁਣ ਘਰ ਘਰ ਵਿੱਚ ਉਹ ਗੁਲਾਮੀ ਦੀ ਬੋਲੀ ਪਿਆ ਬੋਲਣਾ, ਉਹਨਾਂ ਦੇ ਸ਼ਬਦ ਪਿਆ ਬੋਲਣਾ, ਮੀਆਂ ਮੀਆਂ ਕਹਿ ਕੇ ਪੁਕਾਰਨਾ ਪਿਆ। ਕਹਿਣ ਲੱਗੇ ਸੱਚ ਜਾਣੀ ਤੇਰੀ ਬੋਲੀ ਇਹ ਖਾਲਸੇ ਦੇ ਬੋਲੇ ਨਹੀਂ, ਉਹ ਬੋਲੀ ਜਿਹਦੇ ਵਿੱਚੋਂ ਗੁਲਾਮੀ ਦੀਆਂ ਜੰਜੀਰਾਂ ਕੱਟੀਆਂ ਜਾਣ। ਇੱਕ ਦਿਨ ਉਦਨ ਵੀ ਬੇਨਤੀ ਕੀਤੀ ਸੀ ਕਿ ਅਸੀਂ ਬੋਲਾ ਤਾਂ ਬੋਲੀਏ ਆਜ਼ਾਦੀ ਦਾ, ਤੇ ਉਦਨ ਹਜ਼ੂਰ ਦਾ ਸ਼ਬਦ ਸੀ ਜਿੱਦਣ ਉਹ ਗੁਰਮੁਖ ਸੱਜਣ ਆਏ ਸਨ। ਦਾਤਾਰ ਨੇ ਕਿਹਾ ਸੀ ਇਹ ਭਾਖਿਆਂ ਕਾ ਕੁੱਠਾ ਬੱਕਰਾ ਖਾਣਾ, ਇਹ ਕੋਈ ਬੋਲੇ ਨਹੀਂ ਖਾਏਗਾ, ਕਿਸੇ ਦੇ ਘਰ ਵੀ ਜਾ ਕੇ ਤਾਂ ਕੁੱਠਾ ਮਾਸ ਵੀ ਖਾਣਾ ਤੇ ਆਪਣੇ ਘਰ ਕਿਤੇ ਨੀਵੀਂ ਜ਼ਾਤ ਵਾਲਾ ਕੋਲੋਂ ਲੰਘਣਾ, ਕਹਿਣਾ ਮੇਰੇ ਕੋਲੋਂ ਨਾ ਲੰਘੀ, ਮੈਂ ਭਿੱਖ ਜਾਗਾ, ਮੈਂ ਉੱਚੀ ਜ਼ਾਤ ਵਾਲਾ ਹਾਂ। ਜਿਹੜੀਆਂ ਸਾਡੇ ਵਿੱਚ ਵੀ ਜਿੱਦਣ ਸਿੱਖਾਂ ਨੂੰ ਸਿੱਖੀ ਦਾਨ ਆਉਣਾ, ਮੈਂ ਉਸ ਦਿਨ ਜ਼ਰੂਰ ਅਰਜ਼ ਕਰਨੀ ਹੈ, ਅਸੀਂ ਜਾਤਾਂ ਦੇ ਸਿੱਖ ਹਾਂ, ਅਸੀਂ ਬਰਾਦਰੀਆਂ ਦੇ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਦਾ ਟਾਵਾਂ ਟਾਵਾਂ ਕੋਈ ਸਿੱਖ ਹੈ, ਜਾਤਾਂ ਬਰਾਦਰੀਆਂ ਦੇ ਸਿੱਖ ਹਾਂ। ਇਹ ਜੱਟ ਸਿੱਖ ਹੈ ਜੀ, ਇਹ ਅਰੋੜਾ ਸਿੱਖ ਹੈ ਜੀ, ਕਿਉਂ ਜੀ ਉਸ ਧਰਤੀ ਉੱਤੇ ਚਾਲ ਚੱਲੇਗੀ ਤੁਹਾਡੀ ਵੋਟ ਬਣਾਉਣ ਲੱਗਿਆ ਵੀ ਲਿਖਿਆ ਗਿਆ ਕਿਹੜਾ ਸਿੱਖ ਹੈ, ਸਿੱਖ ਕੇਵਲ ਸਿੱਖ ਹੈ, ਇਹਦੇ ਲਈ ਦੂਜਾ ਸ਼ਬਦ ਹੋਰ ਕੋਈ ਹੈ ਹੀ, ਸਿੱਖ ਦਾ ਅਰਥ ਕੇਵਲ ਸਿੱਖ ਹੈ ਜੀ। ਬੇਨਤੀ ਕਰਾਂ, ਹਜ਼ੂਰ ਨੇ ਉੱਤੇ ਸ਼ਬਦ ਵਰਤੇ ਨੇ, ਕਹਿਣ ਲੱਗੇ ਅਪਾਖਿਆ ਤਾਂ ਕੁੱਠਾ ਬੱਕਰਾ ਖਾਣਾ, ਤੇ ਆਪਣੇ ਘਰ ਆ ਕੇ ਤੂੰ ਕਹਿੰਦਾ ਬੋਲ ਬੋਲਣਾ, ਮੇਰੇ ਚੌਂਕੇ ਤੇ ਸ਼ੂਦਰ ਨਾ ਚੜੇ। ਆ ਮਰਦਾਨਾ ਇੱਕ ਸੱਜਣ ਦਾ ਕੇਵਲ ਲੈਣ ਗਿਆ ਸੀ ਅੱਗ, ਉਸ ਵੈਸ਼ਨੂ ਸਾਧ ਨੇ ਬਲਦਾ ਹੋਇਆ ਚੋਹ ਲੈ ਕੇ ਪਿੱਛੇ ਦੌੜਿਆ ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਉੱਤੇ ਸ਼ਬਦ ਕਹਿ ਸਨ। ਕਹਿਣ ਲੱਗੇ ਹੈ ਤੂੰ ਸਾਧ, ਜ਼ਬਾਨ ਤੇਰੀ ਅੱਗ ਪਈ ਉਗਲਦੀ ਏ, ਇਹ ਤਾਂ ਗੁਰੂ ਦਾ ਕੀਰਤਨੀ ਆ, ਉਹ ਸ਼ਬਦ ਸੁਣਾਉਂਦਾ, ਦੁਨੀਆਂ ਦਾ ਭਲਾ ਪਿਆ ਕਰਦਾ। ਸੱਚ ਜਾਣੀ ਅੱਜ ਮੈਨੂੰ ਪਤਾ ਲੱਗਾ ਜੋ ਕੁਝ ਤੇਰੇ ਅੰਦਰ ਏ ਉਹ ਕੁਝ ਤੇਰੇ ਬਾਹਰ ਏ। ਮੈਂ ਕਹਿੰਦਾ ਹਕੀਕਤ ਜੇ ਇਹਨੂੰ ਕਦੀ ਝੂਠ ਨਾ ਸਮਝਿਓ। ਉਦਨ ਮਰਦਾਨੇ ਨੂੰ ਚੋ ਲੈ ਕੇ ਸਾਧ ਜਿਉਂਦੇ ਨੂੰ ਸਾੜਨ ਤੁਰਿਆ, ਇਹਨਾਂ ਦੀ ਤਸੀਰ ਹੀ ਐਸੀ ਏ ਕਿ ਉੱਤੋਂ ਸਾਧ ਨੇ ਜਿੱਦਣ ਸਾੜਨ ਤੁਰਦੇ ਨੇ ਤੇ ਜਿਉਂਦਿਆਂ ਨੂੰ ਰੱਖ ਕੇ ਅੱਗ ਨਾਲ ਫੂਕ ਦਿੰਦੇ, ਤੇ ਅੱਜ ਤੱਕ ਉਹ ਚੱਲੀ ਜਾਂਦੀ। ਉਦਨ ਬਾਬੇ ਦੇ ਮਰਦਾਨੇ ਨੂੰ ਸਾੜਨ ਤੁਰਿਆ ਜਿਉਂਦਿਆਂ। ਬਾਬੇ ਨੇ ਕਿਹਾ ਤੁਸੀਂ ਇਹ ਸ਼ਬਦ ਕੀ ਵਰਤੇ ਹੋ? ਤੇ ਸ਼ਬਦ ਵਰਤੇ ਸਨ ਕਬੁੱਧ ਡੂਮਣੀ ਕੁਦਾਇਆ ਕੁਸੈਣ, ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚਡਾਲ, ਕਾਰੀ ਕੱਢੀ ਕਿਆ ਸੀਏ ਜਾਂ ਚਾਰੇ ਬੈਠੀਆਂ ਨਾਲ। ਇਹ ਖਾਲਸਾ ਹੀ ਬੋਲੇ ਨਹੀਂ, ਗੁਰੂ ਦੇ ਬੋਲੇ ਕੀ ਨੇ ਕਦੀ ਤੱਕੋ। ਕਹਿਣ ਲੱਗੇ ਤੂੰ ਗੁਲਾਮੀ ਕਰਕੇ ਜਾਣਾ ਖਾਤਮਾ ਦੇ ਘਰ, ਉਹਨਾਂ ਦਾ ਖਾਣਾ ਖਾਣਾ, ਆਪਣੇ ਘਰ ਸੁੱਚ ਪਿੱਚ ਦੀ ਗੱਲ ਕਰਨਾ, ਮੇਰੇ ਖਾਲਸੇ ਦੇ ਬੋਲੇ ਨਹੀਂ ਹੋਣਗੇ। ਸ਼ਬਦ ਵਰਤੇ ਭਾਖਿਆ ਤਾਂ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ ਤਨ ਫਿੱਟੈ ਫੇਰ ਕਰੇ, ਮਨ ਜੂਠੇ ਚੁਲੀ ਭਰੇਣ। ਤੇ ਖਾਲਸੇ ਦਾ ਬੋਲਾ ਕੀ ਹੈ ਜੀ? ਇਹੋ ਜੀ ਝੂਠੀ ਸੁਚਮਤਾ ਨੀ, ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੇ ਤਾਂ ਸੱਚ ਪਾਈਏ। ਖਾਲਸੇ ਦਾ ਬੋਲਾ ਹੈ ਸੱਚ ਨੂੰ ਧਿਆਣਾ। ਉਸ ਤੋਂ ਅੱਗੇ ਮੈਂ ਬੇਨਤੀ ਕਰਾਂ, ਇੱਕ ਧਨਾਸਰੀ ਰਾਗ ਵਿੱਚ ਹਜ਼ੂਰ ਦਾ ਸ਼ਬਦ ਹੁੰਦਾ, ਧੰਨ ਗੁਰੂ ਨਾਨਕ ਸਾਹਿਬ ਦਾ, ਇਹ ਸ਼ਬਦ ਆਰੰਭ ਹੁੰਦਾ ਤੇ ਇਹਦੇ ਵਿੱਚ ਤਿੰਨਾਂ ਦਾ ਜ਼ਿਕਰ ਕੀਤਾ ਹੈ। ਬੋਲ ਤਾਂ ਉਹ ਵੀ ਬੋਲਦੇ ਸਨ,
बाबे दे बोल ने जिहड़ा सत ते पहरा देवे उह शब्द ने कि कादी कूड़ बोल मल खाए वह भी बोले बोलदा है पर झूठ बोल के केवल वह रिश्वत खांदा पे। ब्राह्मण नावे जिया ताहे जिया काहेदार ते शूदरां नूं ते कांदा पे उन्हां उत्ते जुलम पिया करदा है किसी की जीभ कटदा है किसी के कानां विच ताल ताल के सिक्के पांदा है ते बारू अठार तीर्थां ते इशनान करदा है कि उन्हें बोले ए दे भी ने पर बोले ए दे भी पलीत ने। तीजा सी जोगी कह लगे घर धियां पुत्रां दा सताया बाहर तुर के ते उत्थे हजूर ने भाई गुरदास ने शब्द वरत्या बाबा जी ने यह नहीं कहा कि सिद्ध जी तुसी बड़े चंगे हो जिवें आपां किसे दी किसे नूं खौमे नूं पत्थे पाण लई क्योंकि एक दूजे नूं कहिंदी है तू बड़ा चंगा तेरे वर्गा कोई नहीं एक दूजे नूं फूक देई जाणी। बाबा जी ने कहा जोगी ज्ञान भी होणिया निस्दिन अंग लगाए निशारा तू इत्थे बैठा समाधियां लाना धरती वल देख बाज गुरु डुब्बा जग सार। गुरु दे सच दे बोले ने कादी कूड बोल मल खाए ब्राह्मण नावै जिया ताए जोगी जुगत न जाने अंध तीने ओ जाड़े का बंद। बाबा जी कहिंदे तिने समाज नूं खांदे पए ने रख के ये सन मेरे गुरु दे बोले ये सन गुरु दे सच दे बोले। हुण उत्थे इक शब्द उन्हां वरते है कहन लगे खत्रियां ता धर्म छोड़िया मलेश पाखिया गई उन्होंने अपने इखलाक नूं त्याग दिता ते मलेश दा अर्थ केवल एक फिरके नाल नहीं जिस बंदे की मत मलीन हो जाए भावे सिख होवे भावे हिंदू होवे भावे मुसलमान होवे सच जानो मलेश है जिहदी मत विच मलीनता आ गई। कहन लगे खत्रियां ता धर्म छोड़िया लड़न वाला कहन लगे सूरमियां वाला कर्म छड गया इन्हां दा काम सी समाज की राखी करनी मलेश भाखिया गई सरिष्ट सब एक वर्ण हुई धर्म की गत रही ए सन बोले मेरे गुरु दे ते जेड़े बोले अज भी बोले जाते हैं। हजूर कृपालू जी ने एक मेहर की जे धन गुरु नानक साहब दे बोले देखने हैं देखो एक बोला ऐसा हुण इहनूं एक पक्ष ना लिया बोले का वैसे सच जाणो जदों बोलियां बारे विचार करन तुरिया सन ते गुरु ग्रंथ साहब दे चरणां विच अरदास कीती बोले शब्द इन्ना वड्डा है कि मेरा ख्याल है कि मैं पूरी तौर ते सी बयान ही नहीं कर सकना कि खालसे दे बोले किन्ने कु उच्चे। धन गुरु नानक साहब ने एक बोला बोले बगदाद की धरती ते बोले का अर्थ केवल तो केवल कादी मुला जा पखंडियां लई नहीं जदों गुरु कीर्तन दे बोले बोलदा है ना ते गुरु दे बोल जेड़े ने तड़पदे हुए हिरदिया नूं शांति दे देंदे। भाई साहब भाई गुरदास जी ने एक शब्द कहा असीं उह बचन पढ़ने हैं कि फिर बाबा गया बगदाद नूं बाहर जाए किया अस्थाना हुण देखो उत्थे एक बोला बोलिया जिहड़ा सी जकारा च बुलाने पए ना बोले सोहणे नाल भाई मनी सिंह उहनां दी जन्म साखी पढ़िओ उहदे विच बोले दित्ते ने बाबा जी ने किहड़ा बोला बोलिया उह शब्द है कि फिर बाबा गया बगदाद नूं बाहर जाए किया अस्थाना ते उत्थे दो दा जिक्र तिन्नां दा कोई नहीं जे एक बाबा अकाल रूप दूजा रबाबी मरदाना इस अकाल रूप धन गुरु नानक साहब ने ते दूजा उन्हां दा रबाबी भाई साहिब भाई मरदाना ने एक बाबा अकाल रूप दूजा रबाबी मरदाना हुण उत्थे एक बोला निकलिया खालसे तेरे बोलियां की बुनियाद की है कहन लगे दित्ती बांग निवाज कर सुन समान होवा जहाना जदों गुरु नानक साहब ने उच्ची तारी बांग दित्ती उह शब्द केड़े सन उह उत्थे जन्म साखी विच लिखिया मुन कर कर प्रणाम मुन मन मुधान गुर बर अकाल सत श्री अकाल जदों उच्ची सारी बोले बोले कहन लगे असल विच शब्द का बोल इन्ना वड्डा सी कि गुरु नानक दे बोले कन्ना विच पैण दी देर है बगदाद का कोई बंदा ऐसा नहीं जिहदे अंदर दे पुरने शांत ना हो गया। इहने खालसे बोले खालसा तू बोले ते भटकदे कोई रूहां नूं शांति मिले। खालसा देखो प्रोफेसर पूरन सिंह ने एक शब्द बड़ा सोहना कहा सी देनू संकीर्ण तक नाल जाए कहन लगा कि खालसा तां चलदा फिरदा रब है जिथे बह जांदा उत्थे नाम दियां शहबरां ला दिंदा है। कहिंदा सी खालसा तां चलदा होया एक दरिया है जिथे जांदा भटकियां रूहां नूं नाम जल दे तरमके मार के शांत करदा है। सच जाणो खालसे दे बोले लोकां दे अंदर नूं शांत करन वाले।
शब्द वरते ने कि दित्ती बांग निवाज कर सुन समान को वा जहां ना सुन मुन नगरी भई। इतने असं अर्थ कर जाने लो जी उत्ते सारे कुदम पत्थर की तरह जुड़ गए, सारे चुप कर गए, लोग गूंगे हो गए। बिल्कुल गल गलत है। सुन मुन अवस्था वो है जिदे चंगा मंदा फुरना कोई संकल्प कोई विकल्प किसी तरह का कोई फुरना ना उठे। बाबे ने इना उच्चा बोला बोलिया कि सारे शांत हो गए। उत्थे फिर उन्हें शब्द वरते ने कि पीर दस्तगीर ने सोचा कि बोले तो रोज बांग ता मैं भी देना वा, अज ये कौन आया इना उच्चा बोला बोलता पे कि सारा शहर शांत हो गया। परत के उन्हें कोल आके पुछया तू कौन है जिदे बोल विच इनी ताकत है। ते मैं कल बेनती की थी बोल वो ने जिन्हों मेरे गुरु अर्जुन साहब ने कहा जाका मीत साजन है समिया, तिस जन को कहो काकी कमिया, जाकी प्रीत गोबिंद सिंह लागी, दुख दर्द प्रमता का भागी। ये केड़े बोले ने जाका कया दर गह चले, सो किस को नजर लै आवे तले। हजूर ने शब्द वरते उथे पुछ देने सुन मुन नगरी पई, देख पीर पया है राना, देख है ध्यान लगाए कर एक फकीर बड़ा मस्ताना। पुछया फिर कह दस्तगीर कौन फकीर किसका करहाना, ये केड़ा फकीर केड़े घराने का केड़ी थां तो आया जिदे बोल ने लोग शांत कर दिते। मेरे गुरु का रबाबी बोलिया। इथे जितने टीकाकार ने उन्हें अर्थ किते ने कि पीर आया उन्हें पुछया कौन फकीर किसका करहाना, ते गुरु का रबाबी कहिंदा नानक कल विच आया रब फकीर इको पहचान। ये मेरे गुरु नानक निरंकारी ने ओदे बोले जिन्होंने बगदाद नूं शांति दिती, ओ बोले जिन्हें पहाड़ की चोटी ते बैठे होयां दे अंदर सच की आवाज पहुंचाई, ओ बोले जिन्होंने जाबर नूं वी ये शब्द कह दिते कि तू एक जमदूत बन के आया है, ते केवल ए नहीं गुरमुखो ओ बोले खालसे दे ने कि किसे नाल धक्का ना होवे। खालसे दे बोले ने सच बोलिया जै सच की सुनवाई होवे। खालसे दे बोले ने कि अंदरों निम्रता धारण की जाए। खालसे दे बोले ने किसे दा पराया हक ना खो के खादा जाए। ते देखो कभी गुरु कलगीधर जी दे बचन पढ़ने हैं, उन्होंने बड़ी कृपालता की। हुण हैरानगी दी गल ए वी असीं इस गल नूं लै के तुर पए हां कि सिख नूं सब कुछ माफ है। क्षमा करो जे गुरु ग्रंथ साहब दे शब्द की रोशनी विच देखना जे फिर प्रोतवाज ते सिख विच फर्क ही है। ओ भी कहिंदा सी उच्ची जात वाले नूं सब कुछ माफ है, ते जे तू कुकर्म करी जे तेनूं सब कुछ माफ है। बिल्कुल नहीं। गुरु कलगीधर जी ने कुछ प्रमाण दिते ने, उन्हां दी तवारीख विच दो चार उदाहरणां ने। भादों का महीना सी, ते तुहानूं पता है भादों दे महीने विच पंजाब की धरती ते त्राटका बड़ा लगदा है। कभी मीह पैंदा कभी धुप निकलदी, जमीन जिहड़ी अपने अंदरों अग नूं बाहर कढ़दी है भाप, उहदा हुमस बाहर निकलदा है। ते हजूर कहिंदे ने आनंदपुर साहिब की धरती ते अपने मकान अपने किले की छत से घर की छत से विश्राम कर गए। रात का वेला है, थोड़ी थोड़ी ठंडी ठंडी हवा पे रुमक दी। हजूर की देखते दे पहले कि उसे सामने नालिक घर के उची उची बोलन की आवाज आई। वह असल विच दो सिख ने आपस में बहस दे पे सन। मेरे गुरु जी ने कैसे खालसे नूं बोले दिते ते जिन्हां दा बाला होवे बोल बाले होण। उत्थे कहिंदे ने दो सिख सन, एक सी मेरे गुरु कलगीधर दे साहिबजादियां दा खिडावा भाई लाहौरा सिंह, ते एक सी भावना वाला मेरे गुरु कलगीधर जी दा सिख, ते जिहड़ा शाहूकारा करदा सी वपारी सी उहदा नाम सी भाई माला सिंह। भाई माला सिंह ये शाहूकारा करदा है। लोहारा सिंह नूं इह बड़ा माण है कि मैं गुरु गोबिंद सिंह दे पुत्रां नूं खिडाना वां। कहिंदे ने माला सिंह तों लाहौरा सिंह ने कुछ समा पहलां कुछ कु रुपये उधारे लए सन। खालसे दे बोले की असल विच खालसे दे बोले खालसे दा इखलाक है। उन्हें पैसे लै लए। माला सिंह दे मन विच आया भी आखिर गुरु के पुत्रां दी सेवा करदा है, जे मंगे नूं दे दे। कहन लगा जिन्ने तू लए ने मैनूं आनी वापस कर दई, पर वापस जरूर कर दई। समा बीतिया, उस भाई माला सिंह दा कारोबार ठप हो गया, इहदे कोल रुपये घरों पूंजी खत्म हो गई। ते लाहौरा सिंह दे घर गया जिहड़ा गुरु के बच्चियां दा खिडावा सी। शाम दे वेले उहनूं जा के कहिंदा भरावा मैं कई वारी तेरे कोल आया वां,
ਇਸ ਵੇਲੇ ਮੇਰੀ ਰੋਟੀ ਪਾਣੀ ਵੀ ਘਰ ਮੁਸ਼ਕਲ ਨਾਲ ਚੱਲਦਾ ਤੇ ਮੇਰੇ ਰੁਪਈਏ ਮੇਰੀ ਦੌਲਤ ਮੇਰੇ ਜਿਤਨੇ ਵੀ ਪੈਸੇ ਨੇ ਉਹ ਵਾਪਸ ਮੋੜ ਦੇ। ਕਹਿਣ ਲੱਗੇ ਅੱਗੋਂ ਲਾਹੌਰਾ ਸਿੰਘ ਨੇ ਟਿੱਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨੇ ਟਿੱਚਰ ਕੀਤੀ, ਕਹਿੰਦਾ ਮੈਂ ਬੜਾ ਗਰੀਬ ਹਾਂ, ਮੈਨੂੰ ਪੈਸੇ ਦੇ। ਲਾਹੌਰਾ ਸਿੰਘ ਕਹਿੰਦਾ ਕਿ ਸਿੱਖ ਸਿੱਖ ਕਾ ਖਾਏ ਕਹਿ ਚਿੰਤਾ ਕਰੇ ਨਾ ਕੋਏ। ਅੱਗੋਂ ਮਜ਼ਾਕ ਕਿਆ ਕੀਤਾ, ਸਿੱਖ ਸਿੱਖ ਦਾ ਖਾਣਾ ਕਾਹਦੀ ਚਿੰਤਾ ਕਰਨੀ। ਹੁਣ ਮਾਲਾ ਸਿੰਘ ਬੜਾ ਭਾਵਨਾ ਵਾਲਾ ਸੀ ਤੇ ਖਿਮਾ ਕਰਿਓ, ਜਦੋਂ ਅਸੀਂ ਚੋਖੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਢੁੱਕ ਢੁੱਕ ਕੇ ਦਾਅਵਾ ਕਰਨੇ ਆ ਨਾ, ਕਈ ਵਾਰੀ ਅੰਦਰ ਵਾਲਾ ਇਖਲਾਸ ਥੰਬ ਲਾ ਕੇ ਉੱਡ ਜਾਂਦਾ। ਆਮ ਬਾਹਰੋਂ ਆਇਆ ਹੋਇਆ ਸੱਜਣ ਗੁਰੂ ਘਰ ਵਿੱਚ ਝੋਲੀਆਂ ਭਰ ਜਾਂਦਾ, ਪਰ ਬਦਕਿਸਮਤੀ ਇਹ ਮੇਰੇ ਵਰਗਾ ਸਾਰੀ ਜ਼ਿੰਦਗੀ ਕਹਿੰਦਾ ਹੀ ਰਹਿੰਦਾ, ਭਾਂਡਾ ਉਸੇ ਤਰ੍ਹਾਂ ਖਾਲੀ ਦਾ ਖਾਲੀ ਦੁਨੀਆਂ ਤੋਂ ਲੈ ਕੇ ਤੁਰ ਪੈਂਦਾ। ਲਾਹੌਰਾ ਸਿੰਘ ਨੂੰ ਇਹ ਸੀ ਮੈਂ ਗੁਰੂ ਕੇ ਬੱਚਿਆਂ ਦਾ ਖਿਡਾਵਾਂ ਵਾ। ਮਾਲਾ ਸਿੰਘ ਨੇ ਤਰਲਾ ਲਿਆ, ਮੇਰਾ ਰੋਟੀ ਪਾਣੀ ਨਹੀਂ ਚੱਲਦਾ, ਮੈਂ ਕਦੀ ਕਿਸੇ ਅੱਗੇ ਹੱਥ ਨਹੀਂ ਅੱਡਿਆ, ਮੈਨੂੰ ਪੈਸੇ ਦੇ ਦੇ ਮੇਰਾ ਕੰਮ ਚੱਲ ਜਾਏਗਾ। ਕਹਿੰਦਾ ਸਿੱਖ ਗੁਰੂ ਸਿੱਖ ਸਿੱਖ ਕਾ ਖਾਏ ਕਹਿ ਚਿੰਤਾ ਕਰੇ ਨਾ ਕੋਏ। ਉੱਚੇ ਬੋਲਿਆ ਤੇ ਗੁਰੂ ਕਲਗੀਧਰ ਉੱਚੇ ਖਲੋ ਗਏ, ਹਜ਼ੂਰ ਦੇ ਪਵਿੱਤਰ ਸਰਵਣਾ ਵਿੱਚ ਆਵਾਜ਼ ਪਈ। ਅੱਗੋਂ ਫਿਰ ਮਾਲਾ ਸਿੰਘ ਕਹਿੰਦਾ ਭਾਵੇਂ ਤੂੰ ਸਿੱਖ ਹੈ ਪਰ ਤੈਨੂੰ ਪਤਾ ਨਹੀਂ ਵੀ ਉੱਥੇ ਸੱਚੀ ਦਰਗਾਹ ਵਿੱਚ ਲੇਖਾ ਹੋਣਾ ਤੇ ਤੂੰ ਰੋਜ਼ ਬਾਣੀ ਪੜ੍ਹਨਾ ਸੁਣਨਾ, ਤੂੰ ਗੁਰੂ ਘਰ ਵਿੱਚ ਰਹਿੰਦਾ, ਤੈਨੂੰ ਇਹ ਪਤਾ ਨਹੀਂ ਕਿ ਉੱਥੇ ਸੱਚੇ ਹੀ ਸੱਚ ਨਿਬੜਾ ਚੁਣ ਵੱਕ ਕੱਢੇ ਜਜਮਾਲਿਆ। ਤੈਨੂੰ ਇਹ ਪਤਾ ਨਹੀਂ ਕਿ ਬੈ ਲੇਖਾ ਕਰ ਸਮਝਾਇਆ, ਤੂੰ ਰੋਜ਼ ਆਸਾ ਕੀ ਵਾਰ ਨਹੀਂ ਸੁਣਦਾ। ਤੇ ਅੱਗੋਂ ਬੋਲ ਕੇ ਕਹਿੰਦਾ ਮੇਰਾ ਲੇਖਾ ਕਿਸੇ ਨੇ ਪੁੱਛਣਾ। ਕਹਿੰਦਾ ਕਿਉਂ? ਲਾਹੌਰਾ ਸਿੰਘ ਕਹਿੰਦਾ ਜਾਂ ਲੇਖਾ ਕੋਈ ਨਾ ਪੁੱਛੀ ਜਾਂ ਗੁਰਬਖਸ਼ੰਦਾ। ਵੈਸੇ ਪਾਠ ਹੈ ਹਰ ਬਖਸ਼ੰਦਾ, ਇਹ ਸੌ ਸਾਖੀ ਵਿੱਚ ਲਿਖਿਆ ਗੁਰਬਖਸ਼ੰਦਾ। ਇਹਨੂੰ ਕਵੀ ਸੰਤੋਖ ਸਿੰਘ ਨੇ ਵੀ ਕੋਟ ਕੀਤਾ, ਗਿਆਨੀ ਗਿਆਨ ਸਿੰਘ ਉਹਨਾਂ ਨੇ ਵੀ ਕੀਤਾ, ਭਾਈ ਵੀਰ ਸਿੰਘ ਉਹਨਾਂ ਨੇ ਵੀ ਕੀਤਾ, ਜਿਤਨੇ ਵਿਦਵਾਨ ਨੇ ਉਹਨਾਂ ਨੇ ਸਿੱਖੀ ਦੇ ਬੋਲਿਆਂ ਦੀ ਖਾਲਸੇ ਦੇ ਇਖਲਾਕ ਵਾਸਤੇ ਸਾਖੀ ਜ਼ਰੂਰ ਦਿੱਤੀ। ਅੱਗੋਂ ਕਹਿੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ। ਮਾਲਾ ਸਿੰਘ ਕਹਿੰਦਾ ਚਲੋ ਤੈਨੂੰ ਤੇ ਬਾਣੀ ਬਹੁਤ ਹੁੰਦੀ, ਮੈਂ ਗਰੀਬ ਬੰਦਾ ਸਾਂ, ਮੇਰੀ ਰੋਟੀ ਨਹੀਂ ਸੀ ਚੱਲਦੀ, ਮੈਂ ਆਪਣੇ ਪੈਸੇ ਲੈਣ ਆਇਆ। ਲਾਹੌਰਾ ਸਿੰਘ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਗੁਰੂ ਕੇ ਪੁੱਤਰਾਂ ਦਾ ਖਿਡਾਵਾਂ ਵਾ, ਕੌਣ ਹੈ ਮੇਰੇ ਤੋਂ ਲੇਖਾ ਲੈਣ ਵਾਲਾ। ਗੁਰੂ ਗੋਬਿੰਦ ਸਿੰਘ ਜੀ ਤੋਂ ਰਿਹਾ ਨਾ ਗਿਆ, ਉੱਚੀ ਸਾਰੀ ਰਾਤ ਨੂੰ ਬੁਲਾ ਕੇ ਕਹਿੰਦੇ ਨੇ ਲਾਹੌਰਾ ਸਿੰਘ ਕਦੀ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਪੜ੍ਹੀ, ਮੈਂ ਤੇਰੀ ਕੋਈ ਹਾਮੀ ਨਹੀਂ ਭਰਨੀ, ਗੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਹਿਣ ਲੱਗੇ ਗੁਰੂ ਤੇਰਾ ਤੇਰਾ ਹਾਮਾ ਭਰੇਗਾ। ਜਦੋਂ ਪੁੱਛਿਆ ਆਵਾਜ਼ ਦੇਖੀ ਪਹਿਚਾਣ ਗਿਆ ਧੰਨ ਗੁਰੂ ਗੋਬਿੰਦ ਸਿੰਘ। ਇੱਕੋ ਦਮ ਕਹਿੰਦਾ ਮਹਾਰਾਜ ਬੇਨਤੀ ਹੈ ਮੈਨੂੰ ਬਖਸ਼ ਦਿਓ, ਮੇਰੇ ਤੋਂ ਭੁੱਲ ਹੋ ਗਈ। ਤੇ ਸਾਹਿਬ ਕਹਿਣ ਲੱਗੇ ਉੱਚੀ ਆਵਾਜ਼ ਕਿ ਸਵੇਰੇ ਦਰਬਾਰ ਵੀ ਤੇਰੇ ਤੋਂ ਪੁੱਛਿਆ ਜਾਏਗਾ। ਕਹਿੰਦੇ ਨੇ ਲਾਹੌਰਾ ਸਿੰਘ ਨੇ ਹੱਥ ਜੋੜੇ ਮਾਲਾ ਸਿੰਘ ਰੁਪਈਏ ਮੈਂ ਸਵੇਰੇ ਤੇਰੇ ਘਰ ਪਹੁੰਚਾਉਣਾ, ਸਵੇਰੇ ਸੂਰਜ ਟਿੱਕੀ ਨਿਕਲਣ ਤੋਂ ਪਹਿਲਾਂ ਰੁਪਈਏ ਦੇ ਆਇਆ। ਭਰੇ ਦਰਬਾਰ ਵਿੱਚ ਮੇਰੇ ਗੁਰੂ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕਦੀ ਨਾ ਭੁੱਲਿਓ ਅੱਗੇ ਕਰਨੀ ਕਰਕੇ ਲੋਕ ਬਖਸ਼ੇ ਜਾਂਦੇ ਨੇ। ਜੇ ਇਹ ਸੋਚੋ ਵੀ ਅਸੀਂ ਗੁਰੂ ਦੇ ਨੇੜੇ ਰਹਿੰਦੇ ਹਾਂ ਤੇ ਜੋ ਮਰਜ਼ੀ ਕਰੀ ਜਾਈਏ ਸਾਨੂੰ ਪੁੱਛਣ ਵਾਲਾ ਨਹੀਂ। ਕਹਿਣ ਲੱਗੇ ਜੇ ਧੋਖਾ ਕਰੋਗੇ, ਠੱਗੀ ਕਰੋਗੇ, ਛਲ ਕਰੋਗੇ ਤੇ ਚੇਤੇ ਰੱਖਿਓ ਕਿ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਮੇਰੇ ਗੁਰੂ ਸਾਹਿਬ ਨੇ ਉਸ ਵੇਲੇ ਹਰ ਇੱਕ ਨੂੰ ਸਮਝਾ ਦਿੱਤਾ ਕਿ ਪਿਆਰੇ ਉਹ ਕਮਾਈ ਕਰਕੇ ਕਰਨੀ ਕਰਕੇ ਨਿਮਰਤਾ ਕਰਕੇ ਛੁੱਟਿਆ ਜਾਂਦਾ। ਇਹ ਸਨ ਖਾਲਸੇ ਦੇ ਬੋਲੇ। ਤੇ ਨਾਲ ਜਦੋਂ ਦਾਤਾਰ ਨੇ ਪਖੰਡ ਦੀ ਗੱਲ ਕੀਤੀ, ਕਈ ਵਾਰੀ ਅਸੀਂ ਸ਼ਬਦ ਕਿਉਂਕਿ ਆਪਾਂ ਮੂੰਹ ਰੱਖ ਜਾਂਦੇ, ਇੱਕ ਸੱਜਣ ਨੇ ਸ਼ਬਦ ਵਰਤੇ ਨੇ ਮੂਰਖ ਕਿਹਨੂੰ ਕਹਿੰਦੇ ਨੇ ਤੇ ਗੁਰਮੁਖ ਕਿਹਨੂੰ ਕਹਿੰਦੇ ਨੇ। ਉਹਨੇ ਸ਼ਬਦ ਵਰਤੇ ਨੇ ਗੁਰਮੁਖ ਹੋਵੇ ਜਿਹਦੇ ਮੂੰਹ ਵਿੱਚੋਂ ਹਮੇਸ਼ਾ ਗੁਰੂ ਦੀ ਗੱਲ ਨਿਕਲੇ। ਤੇ ਮੂੰਹ ਰੱਖ ਦਾ ਅਰਥ ਹੁੰਦਾ ਜਿਹੜਾ ਲੋਕਾਂ ਦਾ ਮੂੰਹ ਰੱਖਣ ਦੇ ਲਈ ਕੂੜ ਦੀਆਂ ਪੰਡਾਂ ਢੋਈ ਜਾਏ। ਮੂਰਖ ਦਾ ਅਰਥ ਕਿਸੇ ਦਾ ਮੂੰਹ ਰੱਖਣਾ ਤੇ ਸੱਚ ਨੂੰ ਦਬਾ ਦੇਣਾ। ਕਲਗੀਧਰ ਜੀ ਦੇ ਬਾਣੀ ਵਿੱਚੋਂ ਦੋ ਕੁ ਪ੍ਰਮਾਣ ਨੇ। ਉਹ ਕਹਿੰਦੇ ਨੇ ਮੈਨੂੰ ਜੋ ਰੱਬ ਨੇ ਕਿਹਾ ਮੈਂ ਉਹ ਕਹਾਂਗਾ। ਕਹਿੰਦੇ ਨੇ ਮੇਰੇ ਬੋਲੀਆਂ ਨੂੰ ਨਾ ਤਾਂ ਮੇਰੇ ਪੁੱਤਰਾਂ ਦੀ ਸ਼ਹਾਦਤ ਕਰਕੇ ਕਤਲ ਕਰਕੇ ਕੋਈ ਰੋਕ ਸਕਦਾ, ਨਾ ਮੇਰੇ ਬੋਲਿਆਂ ਨੂੰ ਮੇਰੇ ਪਿਤਾ ਦਾ ਸਿਰ ਲਾ ਕੇ ਕੋਈ ਰੋਕ ਸਕਦਾ, ਨਾ ਮੇਰੇ ਬੋਲਿਆਂ ਨੂੰ ਮੇਰਾ ਘਰ ਤੋਂ ਮੈਨੂੰ ਕੱਢ ਕੇ ਕੋਈ ਰੋਕ ਸਕਦਾ। ਜੋ ਮੈਨੂੰ ਰੱਬ ਨੇ ਕਿਹਾ ਮੈਂ ਉਹ ਕਹਾਂਗਾ, ਪਰ ਇੱਕ ਮੈਂ ਕਹਿੰਦੇ ਨੇ ਬੇਨਤੀ ਕਰਾਂ, ਮੈਂ ਕਿਸੇ ਨੂੰ ਵੈਰ ਨਹੀਂ ਕਮਾਵਾਂਗਾ। ਅਸੀਂ ਵਿਚਿੱਤਰ ਨਾਟਕ ਵਿੱਚ ਇੱਕ ਬਚਨ ਪੜ੍ਹਨੇ, ਜਿਮ ਤਿੰਨ ਕਹੀ, ਜਿਵੇਂ ਪਰਮਾਤਮਾ ਨੇ ਕਿਹਾ ਖਾਲਸੇ ਦੇ ਬੋਲੇ ਇਹ ਨੇ, ਜਿਮ ਤਿੰਨ ਕਹੀ ਤਿੰਨੇ ਤਿੰਨ ਕਹਿਹੂ, ਮੈਂ ਉਸੇ ਤਰ੍ਹਾਂ ਕਹਾਂਗਾ ਜੋ ਰੱਬ ਨੇ ਕਿਹਾ, ਔਰ ਕਿਸੇ ਤੇ ਬੈਰ ਨਾ ਕਹਿਹੂ। ਕਹੋ ਪ੍ਰਭੂ ਸੋ ਭਾਕ ਹੂੰ, ਨਾ ਕਾਂਡ ਕਿਸੋ ਰਾਤ ਹੂੰ। ਦਸਮ ਦੀ ਬਾਣੀ ਕਹਿੰਦੇ ਜੋ ਰੱਬ ਨੇ ਕਿਹਾ ਉਹ ਮੈਂ ਕਹਾਂਗਾ, ਮੈਂ ਕਦੀ ਵੀ ਕਿਸੇ ਦੀ ਕਾਂ ਨਹੀਂ ਮੰਨਾਂ। ਦੋ ਪ੍ਰਮਾਣ ਨੇ, ਇੱਕ ਆਪਣੇ ਮਸੰਦਾਂ ਬਾਰੇ ਤੇ ਇੱਕ ਔਰੰਗਜ਼ੇਬ ਬਾਰੇ ਜੋ ਉਹਨਾਂ ਨੇ
ਆਪਣੇ ਜ਼ਫਰਨਾਮੇ ਵਿੱਚ ਅੰਕਿਤ ਕੀਤਾ ਹੈ। ਜਦੋਂ ਮੈਂ ਸੰਦਾਂ ਨੂੰ ਤੱਕਿਆ ਤੇ ਮੇਰੇ ਗੁਰੂ ਜੀ ਨੇ ਉਸ ਵੇਲੇ ਇੱਕ ਬਚਨ ਕਿਹਾ, ਕਹਿਣ ਲੱਗੇ ਇਹਨਾਂ ਤੇ ਯਕੀਨ ਨਾ ਕਰਿਓ ਕਿ ਇਹ ਸੱਚ ਦੇ ਬੋਲੇ ਨਹੀਂ ਸਨ। ਕਿਹੜਾ ਮਾਈ ਦਾ ਲਾਲ ਕਿਸੇ ਪਖੰਡੀ ਨੂੰ ਇਹ ਸ਼ਬਦ ਕਹੇਗਾ? ਕਿਉਂਕਿ ਸਾਨੂੰ ਆਪਣਾ ਡਰ ਲੱਗਾ ਰਹਿੰਦਾ, ਜੇ ਕਿਤੇ ਬੋਲ ਦਿੱਤਾ ਇਹਦੇ ਪਿੱਛੇ ਬੜੇ ਲੋਕ ਨੇ, ਕਿਤੇ ਕੱਲ ਨੂੰ ਮੈਨੂੰ ਨਾ ਬਦਨਾਮੀ ਕਰਨ ਲੱਗ ਪਏ, ਮੈਂ ਸੱਚ ਜਾਣੂ ਜੋ ਬੇਨਤੀ ਕਰਨ ਲੱਗ। ਉਹ ਤੇ ਹਜ਼ੂਰ ਨੇ ਕਿਹਾ, ਜਿਹਨੂੰ ਤੂੰ ਕਹਿੰਦਾ ਤੈਂ ਇਹ ਸੰਤ ਹੈ ਤੇ ਗੁਰੂ ਕੇ ਸਿੱਖੋ, ਇਹ ਮਤ ਸਮਝਿਓ ਕਿ ਗੁਰੂ ਗ੍ਰੰਥ ਸਾਹਿਬ ਨੇ ਜਿੰਨੀ ਸੰਤ ਦੀ ਖਾਮੀ ਭਰੀ ਹੈ। ਦਾਤਾ ਜੀ ਨੇ ਇੱਥੇ ਕਿਹਾ ਕਿ ਸੰਤ ਉਭਾਰਨ ਵਾਸਤੇ ਮੈਂ ਆਇਆ। ਮੇਰੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਕਿ ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾਂ ਪਾ ਖਾਸ। ਮੇਰੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਖਾਲਸੇ ਦੀ ਤਾਂ ਬੋਲ ਬਾਲਾ ਹੀ ਲੈਣੀ ਪੈਣੀ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਔਰ ਸਤਾਣੀ, ਸੰਤ ਹਮਾਰਾ ਗਹਿਣਾ। ਇਸ ਕਰਕੇ ਮੈਂ ਵੇਰਵਾ ਪਾਉਣ ਲੱਗਾ। ਕਈ ਵਾਰੀ ਕਈ ਸੱਜਣ ਸਮਝ ਜਾਂਦੇ ਨੇ ਸੰਤਾਂ ਦੀ ਨਿੰਦਿਆ, ਗੁਰੂ ਕਲਗੀਧਰ ਜੀ ਦੇ ਬਚਨ ਨੇ। ਹੁਣ ਦੇਖੋ ਸੱਚ ਦਾ ਬੋਲਾ ਕੀ, ਜੇ ਸਿੱਖ ਕਿਸੇ ਦਾ ਹੱਕ ਖਾਂਦਾ, ਕਹਿਣ ਲੱਗੇ ਜੇ ਹੱਕ ਖਾਣਾ ਤੇਰਾ ਕੋਈ ਸਾਥ ਨਹੀਂ ਮੈਂ ਦੇਣਾ। ਹੁਣ ਉੱਥੇ ਇੱਕ ਸਵਈਆ ਕਿਹਾ, 33 ਸਵਈਆਂ ਵਿੱਚ ਸਵਈਆ ਹੈ, ਕਹਿੰਦੇ ਨੇ ਆਖਣ ਭੀਤਰ ਤੇਲ ਕੋ ਡਾਰ ਕਹਿ ਸੋ ਲੋਗਣ ਮੀਰ ਬਹਾਏ ਦਿਖਾਵੇ। ਜੇ ਤੂੰ ਸਮਝੇ ਵੀ ਇਹਦੀਆਂ ਅੱਖਾਂ ਵਿੱਚੋਂ ਪਾਣੀ ਬੜਾ ਸਿੰਮਦਾ, ਇਹ ਬੜਾ ਭਗਤ ਹੈ। ਤੇ ਮੇਰੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇਹ ਜੇ ਸੰਤ ਤਾਈ ਅੱਖਾਂ ਵਿੱਚੋਂ ਪਾਣੀ ਕੱਢਣ ਕਰਕੇ ਵੇ ਨਾ। ਕਹਿਣ ਲੱਗੇ ਸਰੋਂ ਦਾ ਤੇਲ ਲੈ ਕੇ ਇੱਕ ਵਾਰੀ ਅੱਖਾਂ ਨੂੰ ਮਲ ਤੇ ਸਾਰਾ ਦਿਨ ਪਾਣੀ ਨਿਕਲਦਾ ਰਹੇ। ਬ੍ਰਹਮ ਗਿਆਨ ਦੀ ਅਵਸਥਾ ਇਹ ਥੋੜਾ ਵੀ ਅੱਖਾਂ ਚੋਂ ਪਾਣੀ ਨਿਕਲਦਾ ਪਿਆ, ਇਹ ਗੱਲ ਵੱਖਰੀ। ਕਿਤੇ ਟਾਵਾਂ ਟਾਵਾਂ ਫਿਰਦਾ, ਜਦੋਂ ਕਿਤੇ ਜੁੜਦਾ ਹੈ ਉਹਦੇ ਅੰਦਰੋਂ ਆਵਾਜ਼ ਨਿਕਲਦੀ ਹੈ, ਮੈਂ ਲੀਰ ਵਹਿ ਵਹਿ ਚੱਲੈ ਜੀਓ। ਉਹ ਵੱਖਰੀ ਅਵਸਥਾ ਹੈ। ਆਖਣ ਪੀਤਰ ਤੇਲ ਕੋ ਡਾਰ ਕੇ ਸੋ ਲੋਗਨ ਮੀਰ ਬਹਾਏ ਦਿਖਾਵੇ। ਜੋ ਧਨਵਾਨ ਲਖੈ ਨੀ ਸੇਵਕ ਸਾਹੇ ਪਰੋਸ ਪ੍ਰਸ਼ਾਦ ਜਮਾਵੇ। ਜਿਹਨੂੰ ਅਮੀਰ ਬੰਦਾ ਦੇਖਦੇ ਨੇ ਉਹਨੂੰ ਕੋਲ ਬਣਾ ਕੇ ਰੋਟੀ ਖਵਾਉਂਦੇ ਨੇ। ਤੇ ਅੱਗੇ ਸਾਹਿਬ ਕਹਿਣ ਲੱਗੇ ਜੋ ਤਨ ਕੀਨ ਲੱਖੈ ਤੈ ਦੇਤ ਨੇ ਮੰਗਣ ਜਾਤ ਨੇ ਮੁਖੋ ਦਿਖਾਵੇ। ਗਰੀਬ ਹੋਵੇ ਤੇ ਤਰਲੇ ਲੈਂਦਾ ਰਹੇ, ਉਹਨੂੰ ਬਾਬੇ ਜੀ ਆਪਣਾ ਚਿਹਰਾ ਵੀ ਨਹੀਂ ਦਿਖਾਉਂਦੇ। ਮੇਰੇ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਖਾਲਸੇ ਤੇਰੇ ਬੋਲਿਆਂ ਵਿੱਚ ਪਖੰਡ ਦੰਭ ਦਾ ਨਾਸ਼ ਕਰਨ ਦੀ ਤਾਕਤ ਹੋਵੇ। ਸ਼ਬਦ ਵਰਤੇ ਆਖਣ ਪੀਤਰ ਤੇਲ ਕੁਡਾਰ ਕੇ ਸੋ ਲੋਗਨ ਮੀਰ ਬਹਾਏ ਦਿਖਾਵੇ। ਜੋ ਧਨਵਾਨ ਲੱਖੈ ਨੀ ਸੇਵਕ ਤਾਂ ਪਰੋਸ ਪ੍ਰਸਾਦ ਜਮਾਵੇ। ਜੋ ਤਨਹੀਨ ਲੱਖੈ ਨੇ ਦੇਤ ਨੇ ਮੰਗਣ ਜਾਤ ਨੇ ਮੁਖੋ ਦਿਖਾਵੇ। ਸਾਹਿਬ ਕਹਿਣ ਲੱਗੇ ਲੋਕ ਕਹਿੰਦੇ ਨੇ ਬ੍ਰਹਮ ਗਿਆਨੀ ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਲੂਟ ਤਹਿ ਪਸ਼ ਲੋਗਣ ਕੋ ਕਬੂ ਨਾ ਪਰਮੇਸ਼ਰ ਕੇ ਗੁਣ ਗਾਵੇ। ਕਹਿੰਦੇ ਨੇ ਡੰਗਰ ਹੈ ਪਸ਼ੂ, ਲੋਕਾਂ ਨੂੰ ਲੁੱਟ ਲੁੱਟ ਕੇ ਖਾਈ ਜਾਂਦਾ, ਕਦੀ ਰੱਬ ਦੇ ਗੀਤ ਰੱਬ ਦੀ ਸਿਫਤ ਨਹੀਂ ਕੀਤੀ। ਤੇ ਆਪਾਂ ਇੱਕ ਖਿੰਨ ਵਿੱਚ ਭਰਮ ਜਾਂਦੇ ਹਾਂ। ਗੁਰੂ ਕੇ ਸਿੱਖੋ, ਭਾਈ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦੇ ਨੇ ਦੇਹ ਧਾਰੀ ਕਿਵੇਂ ਪੈਦਾ ਹੁੰਦਾ ਹੈ। ਮੈਂ ਖਿੰਨ ਵਿੱਚੋਂ ਨਿਕਲਿਆ, ਇਹ ਮਤ ਸਮਝੋ। ਮੈਂ ਫਿਰ ਬੇਨਤੀ ਕਰਾਂ ਵੀ ਕਿਸੇ ਵੀ ਰੱਬ ਦੀ ਕਰਨੀ ਵਾਲੇ ਦੇ ਲਈ ਦਾਤਾ ਕਦੀ ਵੀ ਜ਼ਬਾਨ ਤੋਂ ਭੈੜਾ ਸ਼ਬਦ ਤੂੰ ਨਾ ਕਢਾਈ। ਪਰ ਸੁਚੇਤ ਹੋਣਾ ਅਤਿ ਜ਼ਰੂਰੀ ਹੈ। ਪੰਜਾਬ ਵਿੱਚ ਹੀ ਇੰਨੇ ਕਿਉਂ, ਸਾਰੇ ਹਿੰਦੁਸਤਾਨ ਵਿੱਚ ਕਿਉਂ ਨਹੀਂ? ਭਾਈ ਸਾਹਿਬ ਕਹਿੰਦੇ ਸਨ ਪਹਿਲੇ ਦਿਨ ਜਾਏਗਾ ਕਹਿਣਗੇ ਜਪਜੀ ਸਾਹਿਬ ਦਾ ਪਾਠ ਕਰਨਾ ਜੀ, ਨਹੀਂ ਕਹਿਣਗੇ ਕੱਲ ਤੋਂ ਕਰਿਆ ਕਰ। ਜਪਜੀ ਸਾਹਿਬ ਕਰਨ ਲੱਗ ਕਿਉਂ? ਜਦੋਂ ਮਹੀਨਾ ਤੂੰ ਕੀਤਾ ਫਿਰ ਕਹਿਣਗੇ ਪੂਰਾ ਨਿਤਨੇਮ ਕਰ, ਬੜੀ ਚੰਗੀ ਗੱਲ। ਪਰਤ ਕੇ ਕਹਿਣਗੇ ਸੁਖਮਨੀ ਸਾਹਿਬ ਕਰ। ਭਾਈ ਵੀਰ ਸਿੰਘ ਉਹਨਾਂ ਦੀ ਕਲਮ ਜਿਹੜੇ ਬਾਕੀ ਆਤਮ ਰਸੀਏ ਭਿੱਜੇ ਨੇ ਉਹਨਾਂ ਦਾ ਵੀ ਅੰਦਰ ਕੁਰਲਾਇਆ ਇਸ ਦੰਦ ਨੂੰ ਦੇਖ ਕੇ। ਪਰਤ ਕੇ ਕਹਿਣਗੇ ਹੁਣ ਤੂੰ ਬਾਣੀ ਪੜ੍ਹਨ ਲੱਗ ਪਿਆ ਤੇ ਬਾਣੀ ਦਾ ਸੁਭਾਅ ਹੈ ਜਿਹੜਾ ਵੀ ਪੜ੍ਹੇਗਾ ਉਹਨੂੰ ਸ਼ਾਂਤੀ ਦੇਣੀ। ਉੱਥੇ ਫਿਰ ਅਸੀਂ ਭਰਮ ਪਾਲ ਜਾਂਦੇ ਹਾਂ ਵੀ ਜੇ ਇਸ ਬੰਦੇ ਨੇ ਮੇਰਾ ਸਭ ਕੁਝ ਕੀਤਾ, ਜੇ ਇਹ ਨਾ ਹੁੰਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਗੁਰਮੁਖ ਦਾ ਬੜਾ ਵੱਡਾ ਯੋਗਦਾਨ ਹੈ ਤੇ ਗੁਰਮੁਖ ਦਾ ਫਰਜ਼ ਵੀ ਬਣਦਾ ਹੈ ਕਿ ਇਮਾਨਦਾਰੀ ਨਾਲ ਇਹ ਗੱਲ ਕਹੇ ਕਿ ਸੱਜਣਾ ਮੈਨੂੰ ਤਾਂ ਗੁਰੂ ਜੀ ਨੇ ਇੱਕ ਵਸੀਲਾ ਬਣਾਇਆ, ਅਸਲੀਆਂ ਰਹਿਮਤਾਂ ਦਾ ਦਾਤਾ ਤੇ ਗੁਰੂ ਗ੍ਰੰਥ ਸਾਹਿਬ ਹੈ। ਬਾਬੇ ਬੁੱਧੂ ਨੇ ਬੜੀ ਸੋਹਣੀ ਗੱਲ ਕਹੀ ਸੀ ਸ਼ੇਰੇ ਪੰਜਾਬ ਨੂੰ ਜਿੱਤ ਕੇ ਆਇਆ ਤੇ ਇਹ ਪੁੱਛਿਆ ਸੀ ਬਾਬਾ ਬੁੱਧੂ ਸਾਹਿਬ ਕਿੱਥੇ ਨੇ, ਤੇ ਭਾਂਡੇ ਮੰਜਦੇ ਹੋਏ ਸੰਤ ਨੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾ ਕੇ ਕਿਹਾ ਸਾਹਿਬ ਆਈ ਬੁੱਧੂ ਮੈਂ ਆ, ਬੁੱਧੂ ਤੋਂ ਕਿ ਲੈਣੇ ਜੇ ਝੋਲੀਆਂ ਭਰਨੀਆਂ ਨੇ ਤੇ ਸਾਹਿਬ ਦੀ ਗੱਲ ਕਰਿਆ। ਦੇਖੋ ਉਹਨਾਂ ਲੋਕਾਂ ਦੀ ਇਮਾਨਦਾਰੀ ਕੈਸੀ। ਸੁਖਮਨੀ ਸਾਹਿਬ ਪੜ੍ਹੇ ਅੰਦਰ ਨੂੰ ਟਿਕਾ ਮਿਲਿਆ, ਪਰਤ ਕੇ ਉਹਨੇ ਕਿਹਾ ਵੀ ਕੰਮ ਕੀ ਕਰਨਾ? ਦੱਸ ਦਿੱਤਾ ਮੇਰੀ ਫਲਾਣੀ ਜੋ ਫਲਾਣਾ ਬਿਜਨਸ ਹੈ। ਤੇ ਫਿਰ ਕਹਿਣ ਲੱਗੇ ਜੇ ਬਿਜਨਸ ਕਰਨਾ ਤੇ ਦਸਵੰਧ ਦਾ ਹੱਕ ਕੱਲਾ ਮੇਰਾ ਹੀ ਬਣਦਾ ਹੈ, ਮੈਂ ਤੈਨੂੰ ਜੋੜਿਆ। ਕਹਿਣ ਲੱਗੇ ਉੱਥੋਂ ਫਿਰ ਸ਼ੁਰੂਆਤ ਹੁੰਦੀ ਹੈ ਆਪਣੀ ਪੂਜਾ ਦੀ, ਉਦੋਂ ਫਿਰ ਸ਼ੁਰੂਆਤ ਹੁੰਦੀ ਹੈ ਆਪਣੀ ਖੌਮੇ ਦੀ। ਖਿਮਾ ਕਰਿਓ, ਗੁਰੂ ਕਲਗੀਧਰ ਜੀ ਨੇ ਇੱਕ ਬਚਨ ਕਿਹਾ ਤੇ ਉਹ ਮੈਂ ਤੁਕ ਜ਼ਰੂਰ ਕਹਿਣੀ। ਇੱਕ ਕਵਿਤਾ ਅਕਾਲ ਉਸਦਾ, ਉਹ ਕਹਿੰਦੇ ਨੇ ਕੋਈ ਜੇ ਪੰਛੀਆਂ ਵਾਲੇ ਗੁਣ ਧਾਰਨ ਕਰੀ ਬੈਠਾ, ਇਹਦਾ ਮਤਲਬ ਇਹ ਨਹੀਂ ਕਿ ਉਹ ਸੰਤ ਹੈ।
परमेश्वर की बंदगी करने वाला ही सब तो उच्ची सब तो रह से भी उच्चीए कि उसकी जिंदगी का आधार केवल कीर्तन से बंदगी हो गया। एक कबित की अखीरली तोके ओ एवे जे तो बड़े ज्ञानी जिनो जानी पै बखानी नाहे, कहिंदे मेरे तो पहला बड़े 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 ज्ञानवान होर भी होए, बाबे नानक दी जोत तो पहला बड़े ग्रंथ लिखण वाले होए, पर कहन लगे सामने दंभ वेख के जरूरत ना कीती बोलन दी, कहिंदे मैं रब नाल वादा करके आया कि जो मैं पखंड देखांगा मैं जबान तो बोल के कहना जरूर है। जे तो बड़े ज्ञानी इन्हे खालसे दे बोले, जे तो बड़े ज्ञानी जिन्हों जानी पै बखानी ना है, ऐसो ना परपंच मन फूल या नियत है। हुण इहदा कबित है भूत बन चारी चित छौना सब है दूधा धारी, कौन के आहारी तो कुजंग जानियत है, त्रिन के पछैया तन लोभ के तजैया ते तो गोवन के जैया दृख भैया मानियत है, नभ के उदैया तय पंच की बड़ैया देत बगुला बिड़ार दृख ढानी थानियत है। ये तो बड़े ज्ञानी जिनो जानी पै बखानी ना है, ऐसो ना परपंच मन फूल आनियत है। हुणे दे अर्थ की देखो कवित पढ़ दिता है, आरंभ हुंदा है भूत बन चारी, कहन लगे जे जंगलां विच तुरकी ए संत ताई ते कई तुरे फिरदे ने पशु पंछी ते भूत प्रेत, चित छौना सब है दूधा धारी, छौना दर्थ दा बालक चित दर्थ ते धरती, जे तू कह मैं कला दोधी पीना होर कुछ नहीं, कहन लगे न्याणे जमदे सारी दुध पीते ने गुरु कलगीधर, कहिंदे ने साल डेढ़ साल पीते रहे उन्होंने रब ना मिल गया। देखो नाम तो बिना इस गल जरूर चेते रखियो, जरा बंदगी वाला कई ऐसे सज्जन ने जेडे एक समय घुटक दुध पीता अच्छे पैर बंदगी विच रहिंदे ने, उन्हां दी शब्द नहीं जेड़े पखंड करदे ने, शब्द वरते भूत बन चारी चित छौना सब है दूधा तारी, कौन के हारी तो कुजंग जानियत है। जे को कह दिए कुछ खांदे नहीं पौन दिया तेरे जिंदे नूं, कहन लगे सप भी पौन दिया तेरे जींदा पे, कई सप ऐसे ने जेड़े पवन विचों खुराक लैंदे। साहब ने अगे शब्द वरतिया त्रिन के पछैया, कुछ ऐसे ने कहिंदे ने बिलकुल रोटी नहीं जे खांदे, ਇਹ ਕਦੀ ਫਰੂਟ ਨਹੀਂ ਖਾਂਦੇ, ਸਿਰਫ ਪੱਤੇ ਤੋੜ ਕੇ ਖਾਂਦੇ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇਹਨੂੰ ਬੰਦਾ ਕਿਉਂ ਕਹਿੰਦੇ ਹੋ, ਇਹਨੂੰ ਡੰਗਰਾਂ ਵਾਲੀ ਖੁਰਲੀ ਤੇ ਬੰਨੋ, ਇਹ ਤੇ ਬਲਦਾਂ ਦਾ ਭਰਾ ਹੈ। ਅਸਲ ਵਿੱਚ ਅਸਲੀਅਤ ਇਹ ਵੇ ਸ਼ਬਦ ਦੇਵੇ ਤ੍ਰਿਣ ਕੇ ਪਛਈਆਂ ਧਨ ਲੋਭ ਕੇ ਜਲਈਆਂ ਤੇ ਤੋਂ ਗੋਵਨ ਕੇ ਜਈਆ ਇਹ ਗਾਵਾਂ ਦੇ ਜਾਏ ਨੇ, ਬ੍ਰਿਖ ਭਈਆ ਮਾਨੀਅਤ ਹੈ। ਬ੍ਰਿਖ ਭਈਆ ਦਾ ਅਰਥ ਹੁੰਦਾ ਹੈ ਕਿ ਸੱਚ ਜਾਣੋ ਇਹ ਬਲਦਾਂ ਦੇ ਭਰਾ ਨੇ। ਕਿਸੇ ਕਿਹਾ ਲੋਕ ਉੱਡ ਜਾਂਦੇ ਨੇ, ਹਜ਼ੂਰ ਨੇ ਕਿਹਾ ਇਹ ਕਿਹੜੀ ਵੱਡੀ ਛਾਲ ਮਾਰਨੀ, ਕਾਂ ਤਿਲ ਸਭ ਤੋਂ ਉੱਚੀ ਹੁੰਦੇ, ਨਭ ਕੇ ਉਡਈਆ ਤਾਂ ਇਹ ਪੰਛੀ ਕੀ ਬੜਈਆ ਦੇਤ, ਵਿਗੜਾ ਬਗੁਲਾ ਬਿੜਾਲ ਬ੍ਰਿਕ, ਤਿੰਨ ਸ਼ਬਦ ਨੇ ਬਗਲਾ ਬਗਿਆਲ ਤੇ ਬਿੱਲਾ, ਬ੍ਰਿਕ ਧਿਆਨੀ ਥਾਨੀਅਤ ਹੈ। ਗੁਰੂ ਸਾਹਿਬ ਕਹਿੰਦੇ ਨੇ ਸੱਚ ਬੋਲਾ ਬੋਲ ਕੇ ਕਹੀ ਕਿ ਦੁਨੀਆਂ ਨੂੰ ਪਖੰਡ ਤੋਂ ਸੁਚੇਤ ਕਰੀ, ਇਹ ਇਹਨੇ ਖਾਲਸੇ ਜੀ ਕੇ ਬੋਲ ਵਾਲੇ, ਜਿਹੜਾ ਸੱਚ ਕੋਈ ਬੋਲ ਹੀ ਨਾ ਸਕੇ ਫਿਰ ਉਸ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਹੁਣ ਕਹਾਂਗੇ ਜੀ ਕੱਲਾ ਇਹ ਕਿਹਾ, ਜਦੋਂ ਹਕੂਮਤ ਦੇ ਮਾਲਕ ਨੂੰ ਚਿੱਠੀ ਲਿਖੀ ਉੱਥੇ ਮੇਰੇ ਖਾਲਸੇ ਗੁਰੂ ਦਾ ਬੋਲਾ ਦੇਖੋ, ਸ਼ਬਦ ਕੀ ਵਰਤੇ ਸਨ, ਕਹਿਣ ਲੱਗੇ ਨਾ ਇਮਾਂ ਪ੍ਰਸਤੀ ਨਾ ਓਜ਼ਾਏ ਦੀ। ਸਫ਼ਰਨਾਮੇ ਦਾ ਇੱਕ ਸ਼ੇਰ ਖਾਲਸੇ ਦੇ ਬੋਲੇ ਕੀ ਨੇ, ਕਹਿਣ ਲੱਗੇ ਤੂੰ ਦਾਵਾ ਕਰੀ ਜਾਂਦਾ ਮੈਂ ਬਹੁਤ ਵੱਡਾ ਮੁਸਲਮਾਨ ਨੇਮੀ ਹਾਂ। ਹੁਣ ਜ਼ਫ਼ਰਨਾਮੇ ਵਿੱਚ ਕਹਿੰਦੇ ਨੇ ਜੇ ਤੂੰ ਮੁਸਲਮਾਨ ਹੁੰਦਾ, ਕੋਈ ਮੁਸਲਮਾਨ ਆਪਣੇ ਬਾਪ ਦੇ ਤਸ਼ੱਦਦ ਨਹੀਂ ਕਰਦਾ, ਆਪਣੇ ਭਰਾਵਾਂ ਨੂੰ ਆਪਣੀਆਂ ਭੈਣ ਨੂੰ ਜ਼ਹਿਰ ਨਹੀਂ ਦਿੰਦਾ, ਨਾ ਇਮਾਨ ਪ੍ਰਸਤੀ ਤੂੰ ਬਿਲਕੁਲ ਇਮਾਨ ਪ੍ਰਸਤ ਨਹੀਂ, ਨਾ ਓਜ਼ਾਏ ਦੀਨ, ਓਜ਼ਾਏ ਦਾ ਅਰਥ ਹੁੰਦਾ ਹੈ ਤਰੀਕਾ, ਤੇਰੇ ਕੋਲ ਦੀਨ ਕਮਾਨ ਦਾ ਤਰੀਕਾ ਵੀ ਨਹੀਂ, ਨਾ ਸਹਿਬ ਸ਼ਨਾਸੀ, ਸ਼ਨਾਖਤ ਸ਼ਬਦ ਹੈ, ਸ਼ਨਾਸੀ ਦਾ ਅਰਥ ਹੁੰਦਾ ਹੈ ਪਹਿਚਾਣ ਕਰਨੀ, ਤੈਨੂੰ ਰੱਬ ਦੀ ਕੋਈ ਪਹਿਚਾਣ ਨਹੀਂ, ਨਾ ਮੁਹੰਮਦ ਯਕੀਨ, ਮੁਹੰਮਦ ਸਾਹਿਬ ਦਾ ਨਾਂ ਪਵਿੱਤਰ ਹੈ ਉਹਨਾਂ ਦੇ ਨਾਮ ਉੱਤੇ ਵੀ ਤੈਨੂੰ ਯਕੀਨ ਨਹੀਂ। ਇਹਦੇ ਖਾਲਸੇ ਦੇ ਬੋਲੇ ਨਾ ਇਮਾਨ ਪ੍ਰਸਤੀ ਨਾ ਉਦਾਏ ਦੀ, ਤੇ ਸ਼ਬਦ ਵਰਤੇ ਸੱਜਣਾ ਕਿ ਚੇਤੇ ਰੱਖੀ ਕਿ ਤੇਰੇ ਪੱਲੇ ਕੁਛ ਵੀ ਨਹੀਂ, ਨਾ ਸਹਿਬ ਸ਼ਨਾਤੀ ਨਾ ਮੁਹੰਮਦ ਯਕੀਨ। ਤੇ ਅਗਲਾ ਬਚਨ ਕਿਆ ਕਹਿਣ ਲੱਗੇ, ਮਰਦ ਕੌਣ ਹੁੰਦਾ ਹੈ ਜਿਹਦਾ ਬੋਲਾ ਸਭ ਤੋਂ ਉੱਚਾ ਹੋਵੇ, ਹਜ਼ੂਰ ਨੇ ਉੱਤੇ ਸ਼ਬਦ ਵਰਤਿਆ ਹਮੂ ਮਰਦ ਬਾਇਦ ਸ਼ਬਦ ਸੁਖ ਨਵਰ, ਮਰਦ ਉਹ ਚਾਹੀਦਾ ਜਿਹੜਾ ਸੁਖਮ ਦਾ ਪੱਕਾ ਹੋਵੇ। ਇਹਨੇ ਖਾਲਸੇ ਜੀ ਕੇ ਬੋਲ ਵਾਲੇ ਇਹ ਨਹੀਂ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਝ ਕਹਿਣਾ, ਪਿੱਛੇ ਜੇ ਜਦੋਂ ਹੋਇਆ ਸੀ ਨਾ ਸਾਰੇ ਆ ਘਟਨਾ ਵਾਪਰੀ, ਬੜੇ ਪੰਥਕ ਲੀਡਰ ਨੇ ਕਿਹਾ ਕਿ ਸੰਤ ਜੀ ਸੰਗਤ ਦਾ ਕੀ ਹੈ, ਜਿੱਧਰ ਮਰਜ਼ੀ ਜਕਾਰਾ ਛੱਡ ਕੇ ਲਾ ਲਓ। ਨਹੀਂ ਖਾਲਸੇ ਦੇ ਬੋਲੇ ਉਹ ਨਹੀਂ, ਖਾਲਸੇ ਦੇ ਬੋਲੇ ਉਹਨੇ ਰੱਤੇ ਸਹੀ ਜੇ ਮੁੱਖ ਨਾ ਮੜਨ, ਜਿੰਨੀ ਸੰਝਾਤਾ ਤਾਈ
ਚੜਚੜ ਪਾਉਂਦੇ ਕੱਚੇ ਬਿਰਗੀ ਜਿੰਨਾ ਕਾਰਨ ਆਈ। ਖਾਲਸੇ ਦੇ ਬੋਲੇ ਨੇ ਅਗਾਂਹ ਪੁੱਤਰਾਂ ਪਿਛਾਂ ਮੋਹ ਫੇਰਨਾ ਮੋਢੜਾ, ਨਾਨਕ ਸਿੱਜ ਅਵੇਹਾ ਵਾਰ ਬੋੜਨਾ ਹੋਵੀ ਜਨਮੜਾਂ। ਖਾਲਸੇ ਦੇ ਬੋਲੇ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਮੂਰਖਾਂ ਦੇ ਬੋਲੇ ਨੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆਂ। ਜਿਹੜੇ ਕੱਚੇ ਨੇ ਉਹ ਬੋਲੇ ਖਾਲਸੇ ਦੀ ਬਚਨ ਕਰੇ ਤੇ ਖਿਸਕ ਜਾਏ ਬੋਲੇ ਨਰ ਕੱਚਾ ਧਿਆਨ ਬਿਆਜੇ। ਅੰਦਰੋਂ ਝੂਠਾ ਕੂੜਿਆਰ ਬੋਲੇ ਸਭ ਖੱਚਾ। ਹੁਣ ਇੱਕ ਸ਼ਬਦ ਅਸੀਂ ਕਰਨੇ ਆ, ਕਿਹਨੇ ਫਲਾਣਾ ਬੰਦਾ ਖੱਚ ਮਾਰਦਾ, ਖੱਚ ਦਰਦ ਹੁੰਦਾ ਝੂਠੇ ਸ਼ਬਦ ਹੋਵੇ, ਕਹਿੰਦੇ ਅੰਦਰੋਂ ਕੂੜਾ ਐਵੇਂ ਝੂਠ ਬੋਲੀ ਗਿਆ। ਉਹ ਖਾਲਸੇ ਦੇ ਬੋਲੇ ਨੇ ਮੇਰੇ ਕਲਗੀ ਤਰਕੇ ਮੈਨੇ ਹਮ ਉਮਰਦ ਬਾਇਦ ਸਵਾਦ ਸੁਖ ਨਵਰ, ਨਾ ਸ਼ਿਕਮੇ ਦਿਗਰ ਦਰ ਬਹਾਨੇ ਦਿਗਰ। ਜਿਹਦੇ ਮੂੰਹ ਵਿੱਚ ਕੁਝ ਤੇ ਢਿੱਡ ਵਿੱਚ ਕੁਝ ਹੋਵੇ ਉਹ ਖਾਲਸੇ ਦੇ ਬੋਲੇ ਨਹੀਂ। ਮੇਰੇ ਗੁਰੂ ਕਲਗੀਧਰ ਜੀ ਨੇ ਦ੍ਰਿੜਤਾ ਵਾਲੇ ਬੋਲੇ ਦਿੱਤੇ ਤੇ ਸਿੱਖ ਨੇ ਫਿਰ ਉਹਨਾਂ ਤੇ ਪਹਿਰਾ ਦਿੱਤਾ। ਉਹਨੇ ਗੁਰੂ ਦੇ ਬੋਲਿਆਂ ਤੇ ਇੰਨਾ ਪਹਿਰਾ ਦਿੱਤਾ, ਸੱਚ ਜਾਣੋ ਤੁਹਾਡੇ ਬੋਲਿਆਂ ਦੇ ਸਾਹਮਣੇ ਦੁਸ਼ਮਣ ਦੇ ਨਾਲ ਆਏ ਹੋਏ ਲਖਾਰੀ ਵੀ ਸੀਸ ਚੁਕਾ ਗਏ। ਇੰਨੇ ਉੱਚੇ ਬੋਲੇ ਬੋਲੇ ਬਾਬਾ ਸਵੇਕ ਸਿੰਘ ਦੇ ਬੋਲੇ ਕਦੀ ਝੂਠੇ ਨੇ? ਚਰਖੜੀ ਤੇ ਚੜ੍ਹਦਿਆਂ ਨੌਜਵਾਨ ਪੁੱਤਰ ਜਿਹਦੇ ਵਰਗਾ ਵਿਦਵਾਨ ਕੋਈ ਨਹੀਂ, ਉਹਨੇ ਬੋਲਾ ਬੋਲਿਆ ਖਾਲਸੇ ਨੇ, ਉਹਦੇ ਉੱਚਾ ਬੋਲਾ ਕੋਈ ਨਹੀਂ। ਲੋਕ ਪੁੱਤਰਾਂ ਨੂੰ ਬਚਾਉਂਦੇ ਨੇ ਤੇ ਭਾਈ ਸਵੇਕ ਸਿੰਘ ਕਹਿੰਦੇ ਸਨ, ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨੀ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਡ ਚੜਾਏ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ। ਕਹਿਣ ਲੱਗੇ ਚਾਰੇ ਪੁੱਤਰ ਜਾਨ ਕਹਾਏ, ਸੋ ਚੰਡੀ ਕੀ ਭੇਡ ਚੜਾਏ, ਹਮਰੇ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰਾਖੇ ਕਣ ਵਡਾਈ। ਇਹਨੇ ਖਾਲਸੇ ਦੇ ਉੱਚੇ ਬੋਲੇ ਜਿਹਦੇ ਮੁਕਾਬਲੇ ਕਿਸੇ ਨੇ ਖਲੋਈ ਨਹੀਂ ਸਕਣਾ। ਪੁੱਤਰ ਦਾ ਖੂਨ ਦੇ ਕੇ ਆਪਣੇ ਗੁਰੂ ਦੇ ਬੋਲੇ ਨੂੰ ਕਾਇਮ ਰੱਖਣਾ, ਖਾਲਸੇ ਦੇ ਬੋਲੇ ਇੰਨੇ ਵਿਸਤਾਰ ਨੇ। ਇੱਕ ਨੇ ਇਹਨੇ ਖਾਲਸੇ ਦੇ ਬੋਲ ਬਾਲੇ ਦੇਖੋ, ਜਿਹਦੇ ਵਿੱਚ ਹੱਕ ਦੀ, ਸੱਚ ਦੀ, ਜ਼ਮੀਰ ਦੀ, ਅੰਦਰ ਦੀ, ਅਖਲਾਕ ਦੀ, ਜੀਵਨ ਦੀ ਗੱਲ ਕੀਤੀ ਜਾਏ, ਇਹਨੂੰ ਕਿਹਾ ਜਾਂਦਾ ਹੈ ਖਾਲਸੇ ਦੇ ਬੋਲ ਬਾਲੇ। 18ਵੀਂ ਸਦੀ ਵਿੱਚ ਇੱਕ ਖਾਲਸੇ ਨੇ ਆਪਣੇ ਸ਼ਬਦਾਵਲੀ ਨੂੰ ਜਨਮ ਦਿੱਤਾ, ਜਿਹਨਾਂ ਨੂੰ ਖਾਲਸਾਈ ਬੋਲੇ ਕਿਹਾ ਜਾਂਦਾ, ਬਾਲੇ ਨੂੰ ਉੱਥੇ ਵਰਤਿਆ। ਮੈਂ ਹੈਰਾਨ ਹੋਇਆ ਜਿੰਨਿਆਂ ਲਿਖਿਆ, ਕਹਿਣ ਲੱਗੇ ਖਾਲਸਾਈ ਬੋਲੇ, ਕਿਉਂਕਿ ਬੋਲ ਬਾਲੇ ਉਹਨੇ ਉਹਨਾਂ ਬੋਲਿਆਂ ਕਈ ਦੁਸ਼ਮਣ ਨੂੰ ਕਟਾਕਸ਼ ਕਰਨ ਵਾਲੇ ਵੀ ਸ਼ਬਦ ਨੇ, ਪਰ ਜਦੋਂ ਬਾਲੇ ਬਣਦੇ ਨੇ ਨਾ ਉਹ ਸ਼ਬਦ ਫਿਰ ਥੱਲੇ ਰਹਿ ਜਾਂਦੇ। ਉਹਨਾਂ ਦੇ ਬੋਲ ਕੈਸੇ ਸਨ? ਗਿਆਨੀ ਗਿਆਨ ਸਿੰਘ ਉਹਨਾਂ ਨੇ ਇੱਕ ਸ਼ਬਦ ਵਰਤਿਆ, ਮੈਂ ਇੱਕ ਬਿਤ ਆਪ ਨਾਲ ਸਾਂਝਾ ਕਰਨਾ। 18ਵੀਂ ਸਦੀ ਹੈ ਤੇ ਮੇਰਾ ਖਿਆਲ ਹੈ ਤਕਰੀਬਨ 1710 ਦੇ ਨੇੜੇ ਇਹ ਹੁਕਮ ਜਾਰੀ ਹੋ ਗਿਆ ਸੀ, ਸ਼ਾਹੀ ਫਰਮਾਨ ਸੀ ਕਿ ਗੁਰੂ ਨਾਨਕ ਨਾਮ ਲੇਵਾ ਕੋਈ ਵੀ ਸਿੱਖ ਮਿਲੇ, ਨਾਨਕ ਪੰਥੀ ਨੂੰ ਕਤਲ ਕੀਤਾ ਜਾਏ, ਉਹਦਾ ਕਤਲ ਮਾਫ਼ ਹੈ। 50 ਸਾਲ ਸਿੱਖਾਂ ਨੇ ਕੁਝ ਜਰਿਆ। ਉੱਥੇ ਮੈਂ ਜਿਹੜੀ ਬੇਨਤੀ ਕਰਨੀ, ਤਵੱਜੋ ਦਿਓ, ਇੱਕ ਨਿਹੰਗ ਸਿੰਘ ਤੁਰਿਆ ਜਾਂਦਾ ਤੇ ਵੈਸੇ ਅਸੀਂ ਇਸ ਸ਼ਬਦ ਨੂੰ ਸਮਝੀਏ, ਨਿਹੰਗ ਦਾ ਅਖਰੀ ਅਰਥ ਹੁੰਦਾ ਦਲੇਰ, ਬਹਾਦਰ, ਸੂਰਮਾ, ਵਕਤ ਉੱਪਰ ਲੜਨ ਵਾਲਾ। ਉਹਨਾਂ ਦੇ ਬੋਲੇ ਆਪਣੇ ਸਨ, ਉਸ ਵੇਲੇ ਕੌਮ ਦਾ ਘਰ ਕੋਈ ਨਹੀਂ ਸੀ, ਟਿਕਾਣਾ ਕੋਈ ਨਹੀਂ ਸੀ। ਇੱਕ ਨਿਹੰਗ ਸਿੰਘ ਤੁਰਿਆ ਜਾਂਦਾ, ਘੋੜਾ ਉਹਦੇ ਕੋਲ ਚੰਗਾ ਕੋਈ ਨਹੀਂ। ਦੇਖੋ ਉਹਨੇ ਸ਼ਬਦ ਕੈਸੇ ਚੁਣੇ, ਵੀ ਕਿਹੋ ਜੀ ਚੜ੍ਹਦੀ ਕਲਾ ਦੇ ਬੋਲੇ ਸਨ ਉਹਨਾਂ ਦੇ। ਕਹਿਣ ਲੱਗੇ, ਫਿੱਡਾ ਜੈਸਾ ਕਟਵਾ, ਜੁਲੜੂ ਕੋ ਕਾਠੀ ਪਾਏ, ਰਸੜੂ ਲਗਾੜੂ, ਤੇ ਕਹਿਣ ਲੱਗੇ ਰਸੜੂ ਰਕਾਬ ਜੂ। ਮੈਂ ਅਰਥ ਦੇ ਅੱਗੇ ਚੱਲ ਕੇ ਕਰਾਂਗਾ। ਕਹਿਣ ਲੱਗੇ, ਫਤਿਆ ਤਾਂ ਕਛੜੂ, ਨੀਲਾ ਤਾਂ ਚਾਦਰੂ, ਢੂਚੋ ਜੈਸਾ ਪਗੜੂ, ਬਣਾਇਆ ਸਿਰਤਾਜੂ, ਟੂਟਾ ਜੈਸਾ ਤੇਗੜੂ, ਲੀਲੂ ਮਿਆਨ ਜਾ ਕੇ। ਕਦੀ ਦੇਖਿਓ ਉਸ ਨਿਹੰਗ ਸਿੰਘ, ਇੱਕ ਆਮ ਬੰਦੇ ਦੇ ਬੋਲੇ ਕੀ ਸਨ, ਇੱਕ ਕੌਮੀ ਪਿਆਰ ਲੈ ਕੇ ਤੁਰੇ, ਟੁੱਟਿਆ ਸਾ ਤੇਗੜੂ, ਲੀਲੂ ਮਿਆਨ ਜਾ ਕੋ, ਸੱਤ ਗੱਠ ਗਾਤਰਾ ਬਣਾਇਆ ਬਨ ਸਾਜੂ, ਨਾਮ ਤੋਂ ਅਕਾਲੜੂ, ਫਿਰੇ ਬੜੇ ਹਾਲੜੂ, ਫਿਰੇ ਬੁਰੇ ਹਾਲੜੂ, ਲੂਟ ਕੂਟ ਖਾਵਣ ਕੋ ਬੜੋ ਉਸਤਾਦ ਜੂ। ਹੁਣ ਇਹਦੇ ਅਰਥ ਕੀ ਨੇ? ਉਹ ਵੀ ਸਮਾਂ ਆਇਆ ਇੱਕ ਖਾਲਸੇ ਕੋਲ ਕਸ਼ਹਿਰੇ ਪਾਉਣ ਵਾਸਤੇ ਵੀ ਕੱਪੜਾ ਨਹੀਂ ਸੀ। ਸਮਾਂ ਫਿਰ ਤੱਕ ਉਹ ਕਹਿੰਦੇ, ਫਿੱਡਾ ਜੈਸਾ ਕਟਵਾ, ਉਹਦੇ ਕੋਲ ਚੰਗਾ ਘੋੜਾ ਨਹੀਂ, ਸਾਦਾ ਜਿਹਾ ਇੱਕ ਗਧਾ ਜਿਹਾ ਉਹਦੇ ਉੱਤੇ ਬੈਠਾ। ਤੇ ਫਿਰ ਅਗਲਾ ਕੀ ਹੈ, ਜੁਲੜੂ ਕੋ ਕਾਠੂ, ਜਿਹੜੀ ਚੁੱਲੀ ਰਾਤ ਨੂੰ ਵਿਛਾਉਂਦਾ ਉੱਤੇ ਲੈਂਦਾ, ਉਹਨੂੰ ਕਾਠੀ ਬਣਾ ਕੇ ਤੁਰਿਆ ਫਿਰਦਾ। ਉਸ ਖਾਲਸੇ ਦੇ ਬੋਲੇ ਤੱਕਿਓ, ਦੁਸ਼ਮਣ ਨੇ ਦੇਖ ਲਿਆ, ਉਹਨੇ ਰੋਕ ਲਿਆ। ਕਹਿਣ ਲੱਗੇ, ਫਿੱਡਾ ਜੈਸਾ ਕਟਵਾ, ਜੁਲੜੂ ਕੋ ਕਾਠੂ ਪਾਏ, ਰਸ ਨੂੰ ਲਗਾੜੂ, ਉਹਦੀ ਜਿਹੜੀ ਲਗਾਮ ਹੈ ਉਹ ਰੱਸੀਆਂ ਵੱਟ ਵੱਟ ਕੇ ਉਹਨੇ ਕੜਿਆਲਾ ਪਾਇਆ, ਰਸੜੂ ਰਕਾਬ ਜੂ, ਵਿਚਾਰੇ ਕੋਲ ਪੈਰਾਂ ਵਿੱਚ ਰਕਾਬ ਕੋਈ ਨਹੀਂ, ਰੱਸੀ ਬਣਾ ਕੇ ਥੱਲੇ ਗੰਢ ਮਾਰ ਕੇ ਉਹਦੇ ਵਿੱਚ ਪੈਰ ਚੁਕਾਏ ਨੇ। ਕਹਿਣ ਲੱਗੇ, ਪਟਿਆ ਸਾ ਕਛੜੂ, ਕਸ਼ਹਿਰਾ ਜਿਹੜਾ
ਉਹ ਕਈ ਥਾਵਾਂ ਤੋਂ ਪਟਿਆ ਤੇ ਉਹਨੂੰ ਟਾਕੀਆਂ ਲੱਗੀਆਂ। ਨੀਲੂ ਸਾ ਚਾਦਰੂ, ਇੱਕ ਨੀਲੀ ਜੀ ਚਾਦਰ ਉਹਨੇ ਬੁੱਕਲ ਮਾਰੀ ਉੱਥੇ। ਕਹਿਣ ਲੱਗੇ ਫਿਰ ਅਗਲਾ ਉਹਦਾ ਸੁਭਾਅ ਕੀ, ਤੂੰ ਚੋ ਜਾ ਤਾਂ ਪਗੜੂ ਬਣਾਇਓ ਸਿਰ ਤਾਜੂ, ਇੱਕ ਪੁਰਾਣੀ ਜੀ ਪੱਗ ਉਹਨੇ ਸਿਰ ਤੇ ਬੰਨੀ ਹੈ, ਪਰ ਉਸ ਪੁਰਾਣੀ ਪੱਗ ਦੇ ਵਿੱਚੋਂ ਵੀ ਇੱਕ ਫਰਲਾ ਉੱਤੇ ਛੱਡਿਆ, ਕਿਉਂਕਿ ਉਹਦੀ ਅਣਖ ਦੀ ਉਹਦੇ ਬੋਲੇ ਦੀ ਨਿਸ਼ਾਨੀ। ਕਹਿਣ ਲੱਗੇ ਤੂੰ ਚੋ ਜੈਸਾ ਪਗੜੂ ਬਣਾਇਓ ਸਰਤਾਜ ਜੂ, ਟੁੱਟਾ ਜੈਸਾ ਤੇਗੜੂ, ਤੇਗ ਜਿਹੜੀ ਉੱਤੋਂ ਕਿਰਪਾਨ ਦਾ ਮੁੱਛਾ ਟੁੱਟਾ ਹੈ, ਮਿਆਣ ਕੋਈ ਕੋਈ ਨੀ, ਟੁੱਟਾ ਜੈਸਾ ਤੇਗੜੂ ਲੀਰੂ ਮਿਆਣ ਜਾਕੋ, ਲੀਰਾਂ ਇਕੱਠੀਆਂ ਕਰਕੇ ਉਹਨੇ ਮਿਆਣ ਬਣਾਇਆ। ਤੇ ਫਿਰ ਅਗਲਾ ਬਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਗੱਠ ਸੱਠ ਗਾਤਰਾ ਬਣਾਇਓ ਸਰਤਾਜ ਜੂ, ਵਿਚਾਰੇ ਨੇ ਲੀਰਾਂ ਇਕੱਠੀਆਂ ਕਰਕੇ ਗਾਤਰਾ ਬਣਾਇਆ। ਘਰ ਕੋਈ ਨੀ, ਸਿੱਖ ਮਿਲਦੇ ਕੋਈ ਨੀ, ਪੱਤਾ ਪੱਤਾ ਵੈਰੀਏ, ਗੱਠ ਸੱਠ ਗਾਤਰਾ। ਮੈਂ ਕਹਿੰਦਾ ਤੁਸੀਂ ਤਾਂ ਟਾਕੀਆਂ ਲਾ ਕੇ, ਤੁਸੀਂ ਗੰਢਾਂ ਲਾ ਲਾ ਕੇ ਗਾਤਰੇ ਪਾਏ, ਸਾਨੂੰ ਰੇਸ਼ਮੀ ਪੁਸ਼ਾਕਾਂ ਗੁਰੂ ਨੇ ਦਿੱਤੀਆਂ ਸੀ, ਗਾਤਰੇ ਲੀਰੋ ਲੀਰ ਕੀਤੇ, ਗਾਤਰੇ ਤੇ ਯਕੀਨ ਨਾ ਰੱਖਿਆ। ਉਹਨੇ ਅੰਦਰ ਤੁਰਿਆ ਜਾਂਦਾ, ਉਹ ਸ਼ਬਦ ਵਰਦਾ ਟੁੱਟਾ ਜੈਸਾ ਤੇਗੜੂ ਲੀਰੂ ਮਿਆਨ ਜਾਕੋ, ਗੱਠ ਸੱਚ ਗਾਤਰੋ ਬਣਾਇਓ ਸਰਤਾਜ ਜੂ। ਉਹ ਕਹਿੰਦਾ ਤੂੰ ਕੌਣ ਹੈ? ਅੱਗੋ ਕਹਿੰਦਾ ਅਕਾਲੜੂ, ਮੈਂ ਅਕਾਲ ਨੂੰ ਮੰਨਣ ਵਾਲਾ ਵਾਂ, ਇੰਨੀ ਭੁੱਖ ਵਿੱਚ ਇੰਨੇ ਦੁੱਖ ਵਿੱਚ। ਕਹਿਣ ਲੱਗੇ ਨਾਮ ਤੋਂ ਅਕਾਲੜੂ ਫਿਰੇ ਬੜੇ ਹਾਲੜੂ, ਬੜੇ ਬੁਰੇ ਹਾਲ ਚ ਫਿਰੇ। ਉਹ ਕਹਿਣ ਲੱਗੇ ਲੂਟ ਕੂਟ ਖਾਣੇ ਕੋ ਬਣੋ ਉਸਤਾਜ ਜੂ, ਤੁਸੀਂ ਲੋਕਾਂ ਨੂੰ ਲੁੱਟ ਕੇ ਖਾਂਦੇ ਹੋ, ਤੇਰਾ ਨਾਮ ਅਕਾਲੜੂ, ਵੇਖ ਆਪਣੇ ਕਸ਼ਹਿਰੇ ਵੱਲ, ਵੇਖ ਆਪਣੇ ਗਾਤਰੇ ਵੱਲ। ਕਹਿਣ ਲੱਗਾ ਇਹ ਗੱਠਾਂ ਕਿਸੇ ਦਿਨ ਦਿੱਲੀ ਦੇ ਤਖ਼ਤ ਤੇ ਕੇਸਰੀ ਨਿਸ਼ਾਨ ਚਲਾਉਣਗੀਆਂ। ਉਹ ਤੇ ਸ਼ਬਦ ਉਹਨੇ ਪਤਾ ਕੀ ਵਰਤੇ, ਜਦੋਂ ਕਿਹਾ ਨਾਮ ਤੋਂ ਅਕਾਲੂ ਫਿਰੇ ਬੜੇ ਹਾਲੂ, ਲੂਟ ਕੂਟ ਖਾਣੋ ਮੈਂ ਬੜੋ ਉਸਤਾਦ ਜੂ। ਅੱਗੋ ਨਿਹੰਗ ਸਿੰਘ ਉੱਤਰ ਕੇ ਕਹਿੰਦਾ ਦਿੱਲੀ ਕੇ ਤਖ਼ਤ ਪਰ ਬਹਿਗੀ ਗੁਰੂ ਕੀ ਫੌਜ, ਸੀਸ ਝੁਲੇਗਾ ਛਿੱਤਰ ਪਰ ਬੜੀ ਕਰੇਗੀ ਮੌਜ, ਅੱਜ ਮੈਂ ਦੁੱਖ ਪਾ ਕੇ ਚੱਲਿਆ ਪਰ ਮੇਰੀ ਔਲਾਦ ਕਰੀ ਦਿੱਲੀ ਦੇ ਤਖ਼ਤ ਤੇ ਰਾਜ ਕਰੇਗੀ, ਇਸ ਨਿਸ਼ਚੈ ਕਰ ਆਪਣੀ ਜੀਤ ਕਰੂੰ। ਅੱਜ ਫਿਰ ਇਹਨਾਂ ਨੂੰ ਅਸੀਂ ਚੇਤੇ ਕਰਕੇ ਕਹਿੰਦੇ ਹਾਂ ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਉੱਥੇ ਫਿਰ ਨਵੀਆਂ ਬੋਲੀਆਂ ਦਾ ਜਨਮ ਹੋਇਆ, ਸਿੱਖਾਂ ਉੱਤੇ ਜ਼ੁਲਮ ਹੋਇਆ। ਮੈਂ ਕੁੱਝ ਕੁ ਬੋਲੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਨੇ, ਸਹਿਣ ਭਾਵੇਂ ਉਹ ਵਿਅੰਗਮਈ, ਪਰ ਉਹਨਾਂ ਬੋਲਿਆਂ ਵਿੱਚ ਉਹਨਾਂ ਦੇ ਅੰਦਰ ਦੀ ਕਿੰਨੀ ਕੁ ਰੱਬ ਨੇ ਮਿਹਰ ਚੁਕਾਈ, ਅਸੀਂ ਉਹਨਾਂ ਦੇ ਬੋਲੇ ਕਿੰਨੇ ਮਿੱਠੇ ਨੇ। ਇੱਕ ਸ਼ਬਦ ਸਿੱਖਾਂ ਵਿੱਚ ਬੜਾ ਪ੍ਰਚਲਿਤ ਹੈ, ਸਾਜਣਾ। ਅਸੀਂ ਕਹਿੰਦੇ ਆਮ ਤੌਰ ਤੇ ਜਿਹੜਾ ਖਾਲਸਾ ਹੈ ਨਾ, ਆਮ ਪੱਗ ਬੰਨਦਾ ਹੋਵੇ, ਸ਼ਬਦ ਵਰਤਨੇ ਆ ਮੁੰਡਾ ਪੱਗ ਬੰਨਦਾ ਹੈ ਤੇ ਖਾਲਸੀ ਬੋਲਾ ਤੂੰ ਜੰਗੀ ਸਿੰਘ ਦਸਤਾਰ ਤੇ ਜਾਂਦੇ ਪਏ, ਸ਼ਬਦ ਨੇ ਨਾ। ਜਾਮ ਰੋਟੀ ਪੱਕਦੀ ਹੋਵੇ, ਆਮ ਬੰਦਾ ਕਹੇਗਾ ਜਨਾਨੀ ਰੋਟੀ ਤੇ ਪਕਾਉਂਦੀ ਏ, ਉਹ ਕਹਿੰਦੇ ਨੇ ਬੀਬੀ ਜੀ ਪ੍ਰਸ਼ਾਦਾ ਪੈ ਸਜਾਉਂਦੇ ਨੇ, ਧਿਆਨ ਦਿਆ ਜੀ। ਉਹ ਸ਼ਬਦ ਕੈਸੇ ਉਹਨਾਂ ਨੇ ਪਿਆਰੇ ਚੁਣੇ ਨੇ, ਕੋਈ ਸ਼ਬਦ ਵਰਤਦਾ ਕਿ ਭਾਈ ਕੜਾਹ ਪਿਆ ਬਣਾਉਂਦਾ, ਤੇ ਖਾਲਸੇ ਜੀ ਦੇ ਬੋਲੇ ਹੁੰਦੇ ਨੇ ਕਿ ਗੁਰੂ ਕੇ ਗ੍ਰੰਥੀ ਸਾਹਿਬ ਦੇਗ ਪੈ ਸਜਾਉਂਦੇ ਨੇ। ਉਹ ਸਾਜਣਾ ਸ਼ਬਦ ਇੰਨਾ ਸਿੱਖਾਂ ਨਾਲ ਜੁੜਿਆ, ਇਹੀ ਕਾਰਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਉਹਨਾਂ ਵੀ ਸ਼ਬਦ ਦੇ ਵਰਤੇ, ਗੁਰੂ ਸਾਹਿਬ ਨੇ ਸਰੀਰਾਂ ਨੂੰ ਸਾਜਣ ਕਿਹਾ, ਆਪੇ ਭਾਂਡੇ ਸਾਜਣ, ਆਪੇ ਸਾਜੇ, ਆਪੇ ਰੰਗੇ, ਅਸੀਂ ਪੜ੍ਹਨੇ ਹਾਂ। ਗੁਰੂ ਸਾਹਿਬ ਨੇ ਕਿਹਾ ਇਨੀ ਕੀ ਕਿਰਪਾ ਕੇ ਸਜੇ ਸਮੇਂ, ਇਹ ਸਾਡੇ ਬੋਲੇ ਸਨ ਬੜੇ ਮਿੱਠੇ। ਉਹਨਾਂ ਨੇ ਕਈ ਬੋਲੇ ਐਸੇ ਦਿੱਤੇ ਜਿਹੜੇ ਵਾਕਈ ਬੜੇ ਕਮਾਲ ਦੇ ਨੇ, ਉਹਨਾਂ ਦੇ ਬੋਲੇ ਅਸੀਂ ਕਹਿੰਦੇ ਹਾਂ ਖੁਸ਼ੀ, ਉਹ ਕਹਿੰਦੇ ਸਨ ਖੁਸ਼ਾ। ਅਸੀਂ ਕਹਿੰਦੇ ਹਾਂ ਬੈਂਗਣ, ਉਹ ਕਹਿੰਦੇ ਸਨ ਇੱਕ ਟੰਗਾ ਬਟੇਰਾ। ਅਸੀਂ ਕਹਿੰਦੇ ਹੁੰਦੇ ਹਾਂ ਸ਼ਬਦ ਵਰਤਨੇ ਆ ਆਮ ਤੌਰ ਤੇ ਕਣਕ, ਉਹ ਕਹਿੰਦੇ ਹੁੰਦੇ ਸਨ ਬਸੰਤ ਕੌਰ। ਅਸੀਂ ਕਹਿੰਦੇ ਹਾਂ ਗਾਜਰਾਂ, ਉਹ ਕਹਿੰਦੇ ਸਨ ਗੋਬਿੰਦੀਆਂ। ਅਸੀਂ ਕਹਿੰਦੇ ਹਾਂ ਘੁਰਾੜੇ ਮਾਰਦਾ, ਉਹ ਕਹਿੰਦੇ ਨੇ ਅਗਰ ਅਨਾ ਦੀ ਸ਼ਬਦ ਛੇੜੀ ਬੈਠਾ। ਅਸੀਂ ਕਹਿੰਦੇ ਹਾਂ ਬੜਾ ਸ਼ਰਾਰਤੀ ਏ, ਉਹ ਕਹਿੰਦੇ ਸਨ ਲੁੰਡੀ ਵਿੱਚੀਏ, ਸ਼ਰਾਰਤ ਹਰ ਵੇਲੇ ਕਰਦਾ ਰਹਿੰਦਾ। ਅਸੀਂ ਕਹਿੰਦੇ ਹਾਂ ਸੁੱਖਾ ਹੈ, ਉਹ ਕਹਿੰਦੇ ਸਨ ਸ਼ਹੀਦੀ ਦੇਗਾ ਹੈ। ਉਹਨਾਂ ਨੇ ਸ਼ਬਦ ਇੰਨੇ ਵਰਤੇ, ਪਰ ਉਹਨਾਂ ਦੇ ਸ਼ਬਦਾਂ ਨੇ ਦੇਖੋ, ਉਹਨਾਂ ਝਾੜੂ ਲਾਉਣ ਵਾਲੇ ਨੂੰ ਕਿਹਾ ਸੂਬੇਦਾਰ ਹੈ। ਜਦੋਂ ਸਿੱਖ ਨੂੰ ਅਸੀਂ ਆਮ ਤੌਰ ਤੇ ਸ਼ਬਦ ਕੌੜੇ ਬੋਲਦੇ ਹਾਂ, ਜਿਹਦਾ ਕਿਸੇ ਦਾ ਸਿਰ ਗੰਜਾ ਹੋਣਾ ਨਾ, ਕੇਸ ਨਾ ਚਲੇ ਜਾਣੇ, ਉਹਨੂੰ ਕਹਿਣਾ ਕਲਗਾ ਸਿੰਘ ਹੁੰਦਾ ਪਿਆ, ਇਹਦੇ ਸਿਰ ਤੇ ਕਲਗੀਆਂ ਝੋਲਦੀਆਂ ਪਈਆਂ ਨੇ, ਸ਼ਬਦ ਸਨ ਨਾ। ਗੰਜੇ ਨੂੰ ਕਹਿਣਾ ਕਲਗਾ ਸਿੰਘ ਹੁੰਦਾ ਪਿਆ, ਜਿਹਨੂੰ ਸੁਣਨਾ ਨਾ ਗੋਲਾ ਹੋਣਾ, ਉਹਨੂੰ ਕਹਿਣਾ ਚੁਬਾਰੇ ਚੜਿਆ ਸਿੱਖ, ਜਿਹਨੇ ਗੁੰਗਾ ਹੋਣਾ ਕਹਿਣਾ ਗੁਪਤਾ ਸਿੰਘ ਹੈ। ਤੇ ਚੇਤੇ ਰੱਖੋ ਜਿਹਨੇ ਮਰ ਜਾਣਾ ਇਹ ਨਾ ਕਹਿਣਾ ਮਰ ਗਿਆ, ਕਹਿ ਲਿਆ ਇਕੱਠੇ ਕਰੀਏ ਚੜ੍ਹਾਈ ਕਰ ਗਿਆ। ਚੜ੍ਹਾਈ ਕਰਨ ਦਾ ਮਤਲਬ ਅੱਜ ਮੌਤ ਨੂੰ ਜਿੱਤ ਗਿਆ, ਮੌਤ ਤੇ ਫਟੇ ਪਾਲੀ। ਉਹਨਾਂ ਨੇ ਇਹੋ ਜਿਹੇ ਸ਼ਬਦ ਦਿੱਤੇ, ਰਜਾਈ ਨੂੰ ਕਹਿਣਾ ਅਬਲਾ ਤੂਨੀ, ਤਲਾਈ ਨੂੰ ਕਹਿਣਾ ਅਬਲਾ ਤੂਨ, ਗੁੜ ਨੂੰ ਕਹਿਣਾ ਸਿਰ ਜੁੜ, ਸ਼ੱਕਰ ਨੂੰ ਕਹਿਣਾ ਸਿਰ ਖੰਡੀ। ਤੇ ਮੈਂ ਇੱਕ ਬੇਨਤੀ ਕਰਨੀ, ਹਾਂ ਹੁਣ ਵੀ ਬੋਲੇ ਸਿੱਖਾਂ ਦੇ ਹੈ, ਉਹ ਵਰਦੇ ਨੇ
ਅਸੀਂ ਕਹਿੰਦੇ ਹਾਂ ਇੰਜਣ ਗੱਡੀ ਦਾ ਆ ਗਿਆ। ਨਿਹੰਗ ਸਿੰਘ ਨੂੰ ਪੁੱਛੋ, ਕਹਿੰਦਾ ਤੇਜ਼ਾ ਸੀ ਹੁੰਦਾ ਪਿਆ ਬੜੀ ਤੇਜ਼ੀ। ਅਸੀਂ ਕਹਿੰਦੇ ਰੇਲ ਗੱਡੀ ਆ ਗਈ, ਉਹ ਕਹਿੰਦਾ ਭੂਤਨੀ ਆ ਗਈ ਜੇ ਬਚ ਕੇ ਰਿਹਾ ਜੋ। ਅਸੀਂ ਕਹਿੰਦੇ ਸਾਈਕਲ ਤੇ ਬੰਦਾ ਚੜਿਆ ਜਾਂਦਾ, ਉਹ ਕਹਿੰਦਾ ਵੀ ਉਹਨਾਂ ਨੇ ਸ਼ਬਦ ਵਰਤੇ ਸਨ। ਕਹਿਣ ਲੱਗੇ ਸਾਈਕਲ ਤੇ ਚੜੇ ਹੋਏ ਲਈ ਵੀ ਉਹਨਾਂ ਨੇ ਸ਼ਰਤ ਵਰਤੇ ਸਨ ਕਿ ਸ਼ਰਾਰਤੀ ਹੈ। ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਬੀੜੀ ਪੀਂਦਾ, ਮੈਨੂੰ ਖਿਮਾ ਕਰਿਓ। ਕਹਿੰਦੇ ਸਨ ਖੋਤੀ ਚੁੰਗਦਾ ਪਿਆ, ਚੁੰਗ ਲੈਂਦੇ ਉਸ। ਉਹਨਾਂ ਦੇ ਆਪਣੇ ਬੋਲੇ ਸਨ ਨਾ, ਉਹਨਾਂ ਨੇ ਸ਼ਬਦ ਐਸੇ ਵਰਤੇ। ਉਹਨਾਂ ਦੇ ਸ਼ਬਦਾਂ ਨੂੰ ਮੈਂ ਇੱਥੇ ਕਹਿ ਕੇ ਸੰਪੂਰਨਤਾ ਕਰਨੀ ਕਿ ਸਿਆਣੇ ਬੰਦੇ ਲੱਭਣੇ ਕੋਈ ਨਹੀਂ। ਚੰਗਾ ਪ੍ਰਚਾਰਕ, ਚੰਗਾ ਕੀਰਤਨੀਆ, ਚੰਗਾ ਗ੍ਰੰਥੀ ਸਾਹਿਬ ਮੁੱਦਤਾਂ ਬਾਅਦ ਕਦੀ ਪੁਰ ਪੈਦਾ ਹੁੰਦਾ। ਮੈਨੂੰ ਇੱਕ ਵਾਰੀ ਮੌਕਾ ਮਿਲਿਆ, ਮੈਂ ਉਹ ਕਹਿ ਕੇ ਸਮਾਪਤੀ ਕਰਨੀ ਹੈ ਬੋਲਿਆ ਤੇ। ਢਾਡੀ ਦਇਆ ਸਿੰਘ ਹੋਣੀ ਸਾਲ ਬਾਅਦ ਪਿੰਡ ਪ੍ਰੋਗਰਾਮ ਕਰੀਦਾ ਤੇ ਮੇਰਾ ਦਿਲ ਕੀਤਾ ਵੀ ਐਤਕਿ ਇਹਨਾਂ ਨੂੰ ਲਿਜਾਈਏ। ਮਿੰਟ ਤੁਹਾਡੇ ਮੈਂ ਦੋ ਚਾਰ ਹੀ ਲੈਣੇ ਨੇ। ਮੇਰਾ ਚਿੱਤ ਕੀਤਾ ਵੀ ਉਹਨਾਂ ਨੂੰ ਲਿਜਾਈਏ। ਉਹਨਾਂ ਨੇ ਇੱਕ ਆਪਣੀ ਖਾਦ ਬੀਤੀ ਸੁਣਾਈ ਤੇ ਜਦੋਂ ਉਹਨਾਂ ਸੁਣਾਈ ਖਾਲਸੀ ਬੋਲਿਆਂ ਦੀ ਤੇ ਉਹ ਬੰਦੇ ਕਿਤੇ ਲੱਭਣੇ ਥੋੜਾ ਨੇ। ਢਾਡੀ ਸੋਹਣ ਸਿੰਘ ਸੀਤਲ ਵਰਗੇ, ਦਿਲਬਰ ਵਰਗੇ ਭਾਈ ਸਾਹਿਬ ਉਹਨੀ ਕੀਰਤਨ ਕਰਦੇ ਨੂੰ ਖੁਸ਼ਾਮਦ ਨਾ ਸਮਝਿਓ। ਮੈਂ ਤਾਂ ਹੀ ਇਹਨਾਂ ਨੂੰ ਕਿਹਾ ਤੁਸੀਂ 5-7 ਮਿੰਟ ਲਾ ਲਿਆ ਕਰੋ, ਮੈਂ ਸੰਗਤ ਨੂੰ ਬੇਨਤੀ ਕਰ ਲਾਂਗੇ ਪਿਆਰਿਓ, ਇਹ ਆਵਾਜ਼ਾਂ ਪਰਤ ਕੇ ਲੱਭਣੀਆਂ ਨਹੀਂ, ਖਿਮਾ ਕਰਿਓ। ਉੱਥੇ ਉਹਨਾਂ ਨੇ ਇੱਕ ਸ਼ਬਦ ਸੁਣਾਇਆ, ਕਹਿੰਦੇ ਨੇ ਅਸੀਂ ਗਏ ਹੋਲੇ ਮਹੱਲੇ ਤੇ। ਹੋਲੇ ਮਹੱਲੇ ਤੇ ਗਏ ਤੇ ਨਿਹੰਗ ਸਿੰਘ ਆਇਆ, ਕਹਿਣ ਲੱਗੇ ਢਾਡਾ ਸਿੰਘ ਜੀ ਸਾਡੇ ਵੀ ਦੀਵਾਨ ਲਾਓ। ਭਾਈ ਦਇਆ ਸਿੰਘ ਕਹਿੰਦੇ ਨੇ, ਮੈਂ ਕਿਹਾ ਵੀ ਨਿਹੰਗ ਸਿੰਘ ਆਏ ਨੇ ਤੇ ਹੱਥ ਜੋੜ ਕੇ ਕਹਾਂਗੇ ਵੀ ਬਾਬਾ ਜੀ ਜ਼ਰੂਰ ਦਸ ਤਾਂ ਬੁਲਾਣੀ ਤਾਂ ਸਾਡਾ ਡੇਰਾ ਉੱਥੇ ਪਹੁੰਚ ਜਾਏ। ਦਿਲਬਰ ਸਾਹਿਬ ਕਹਿੰਦੇ ਨੇ ਅਸੀਂ ਉੱਥੇ ਪਹੁੰਚ ਗਏ। ਇਹ ਉਹਨਾਂ ਦੀ ਜ਼ਬਾਨੀ ਜਿਹੜੀ ਮੈਂ ਆਪ ਜੀ ਨੂੰ ਸੁਣਾ ਰਿਹਾ। ਕਹਿੰਦੇ ਅਸੀਂ ਪਹੁੰਚੇ ਤੇ ਵਾਹਵਾ ਦੁਪਹਿਰ ਦਾ ਵੇਲਾ ਸੀ, ਗਰਮੀ ਸੀ ਆਉਂਦਿਆਂ ਪਰ ਕਹਿਣ ਲੱਗੇ ਵੀ ਢਾਡਾ ਸਿੰਘ ਜੀ ਆਓ, ਪਹਿਲਾਂ ਦੱਸੋ ਢਿੱਡ ਭੁੱਕਣੀ ਛਕਣੀ ਜੇ ਕਿ ਸਮੁੰਦਰ ਛਕਣਾ ਜੇ। ਸਮਝ ਤੇ ਗਏ ਢਿੱਡ ਭੁੱਕਣੀ ਆਪਾਂ ਕਹਿੰਦੇ ਹਾਂ ਚਾਹ ਨੂੰ। ਕਹਿਣ ਲੱਗੇ ਅਸੀਂ ਸਮੁੰਦਰ ਛਕਾਂਗੇ, ਦੁੱਧ ਪੀਆਂਗੇ। ਕਹਿਣ ਲੱਗੇ ਚਬਾਰੇ ਚ ਪੀਓਗੇ ਕਿ ਵਿਹੜੇ ਚ ਪੀਓਗੇ। ਹੁਣ ਆਖਦੇ ਅਸੀਂ ਬੋਲੇ ਤਾਂ ਪਹਿਲਾਂ ਹੀ ਬੜੇ ਸੁਣੇ, ਸਾਡੇ ਦਿਮਾਗ ਚੋਂ ਨਿਕਲ ਗਿਆ ਤਾਂ ਕਿਹਾ ਵੀ ਚਲੋ ਥੱਕੇ ਆ, ਚਬਾਰੇ ਚ ਬਹਿ ਕੇ ਪੀਆ। ਕਿਹਾ ਵੀ ਨਿਹੰਗ ਸਿੰਘ ਜੀ ਚਬਾਰੇ ਚ ਪੀਆਂਗੇ। ਪਰਤ ਕੇ ਕਹਿਣ ਲੱਗੇ ਬਿਸਕੁਟ ਕਿੰਨੇ ਕਿੰਨੇ ਲਓਗੇ? ਉਹ ਕਹਿੰਦੇ ਦੋ ਦੋ ਚਾਰ ਚੋਰ ਲੈ ਆਓ। ਕਹਿੰਦੇ ਵੀ ਅਸੀਂ ਬੈਠੇ ਰਹਿ ਵੀ ਹੁਣੇ ਵਿਹੜ ਆ, ਸਾਨੂੰ ਚਬਾਰੇ ਚ ਕਿਤੇ ਲਿਜਾਂਦੇ ਨੇ। ਇੰਨੀ ਦੇਰ ਨੂੰ ਨਿਹੰਗ ਸਿੰਘ ਆਏ ਤੇ ਉਹਨਾਂ ਨੇ ਕੀ ਕੀਤਾ ਜੀ, ਵੱਡੇ ਕੰਗਣੀ ਵਾਲੇ ਗਲਾਸ ਨਾ ਦੁੱਧ ਦੇ ਭਰ ਕੇ ਲਿਆਂਦੇ ਤੇ ਨਾਲ ਕਹਿਣ ਲੱਗੇ ਢਾਡਾ ਸਿੰਘ ਜੀ ਕਰੋ ਹੱਥ ਲਓ ਬਿਸਕੁਟ। ਕਹਿੰਦਾ ਰਾਤ ਦੇ ਜਿਹੜੇ ਪ੍ਰਸ਼ਾਦੇ ਸਨ ਤਿੰਨ ਤਿੰਨ ਸਾਡੀ ਹੱਥ ਦੀ ਤਲੀ ਤੇ ਰੱਖ ਦਿੱਤੇ। ਕਹਿੰਦਾ ਸਾਨੂੰ ਪੈ ਗਈ ਵੀ ਇਹ ਬਿਸਕੁਟ, ਅਸੀਂ ਕਿੱਧਰ ਫਸ ਗਏ? ਫਿਰ ਕਹਿੰਦਾ ਮੈਂ ਪੁੱਛਿਆ ਵੀ ਚਬਾਰਾ ਕਿੱਥੇ? ਕਹਿਣ ਲੱਗੇ ਛੰਨੇ ਨੂੰ ਅਸੀਂ ਵਿਹੜਾ ਕਹਿੰਦੇ ਹਾਂ, ਖਾਲਸੀ ਬੋਲਿਆ ਵੀ ਤੇ ਗਲਾਸ ਨੂੰ ਚਬਾਰਾ ਕਹਿੰਦੇ। ਤੁਹਾਨੂੰ ਪਹਿਲਾਂ ਹੀ ਪੁੱਛਿਆ ਚਬਾਰੇ ਚ ਪੀਣਾ ਜੇ ਕਿ ਛੰਨੇ ਚ? ਫੇਰ ਥੋੜਾ ਕਹਿ ਸੀ, ਤੁਸੀਂ ਕਿਹਾ ਵੀ ਚਬਾਰੇ ਚ ਪੀਣਾ, ਪੀਓ ਹੁਣ ਛੰਨਾ ਕੋਈ ਨੀ ਮਿਲਣਾ, ਇਸੇ ਚਬਾਰੇ ਚ ਪੀਣਾ ਪੈਣਾ। ਉਹ ਕਹਿੰਦਾ ਉਧਰੋਂ ਉਹਨਾਂ ਨਿਕਰਪਾਨਾ ਪਾਈਆਂ, ਉਧਰੋਂ ਸਾਡੇ ਹੱਥਾਂ ਤੇ ਦੋ ਦੋ ਰੋਟੀਆਂ, ਸਾਹਮਣੇ ਬਹਿ ਕੇ ਸਾਡੇ ਸਾਹਮਣੇ ਪੀਓ। ਕਹਿਣ ਲੱਗੇ ਵੀ ਅਸੀਂ ਪੀ ਖਾ ਤਾਂ ਲਿਆ। ਪਰਤ ਕੇ ਕਿਹਾ ਵੀ ਨਿਹੰਗ ਸਿੰਘ ਜੀ ਦੀਵਾਨ ਸ਼ਾਮ ਨੂੰ ਲਾਣਾ, ਹੁਣ ਅਸੀਂ ਲੇਟ ਲਈਏ। ਕਹਿਣ ਲੱਗੇ ਲੇਟ ਦੇ ਖੋਤੇ ਹੁੰਦੇ ਨੇ। ਉਹ ਆਂਦਾ ਵੀ ਚੁੱਪ ਕਰ ਗਿਆ। ਦੂਜਾ ਸ਼ਬਦ ਕਿਹਾ, ਕਹਿਣ ਲੱਗੇ ਨਿਹੰਗ ਸਿੰਘ ਜੀ ਅਸੀਂ ਸੌਂ ਜਾਈਏ? ਉਹ ਕਹਿਣ ਲੱਗੇ ਸੌਂਦੀ ਸੁਸਰੀ ਹੁੰਦੀ ਹੈ, ਖਾਲਸਾ ਨਹੀਂ ਸੌਂਦਾ। ਉਹ ਕਹਿੰਦਾ ਮੈਂ ਹੱਥ ਜੋੜ ਕੇ ਕਿਹਾ ਬਾਪੂ ਜੀ ਸਾਨੂੰ ਦੱਸੋ ਅਸੀਂ ਕੀ ਕਹੀਏ? ਕਹਿਣ ਲੱਗੇ ਕਹੋ ਵੀ ਖਾਲਸਾ ਰਿੰਗ ਬੜੀ ਹੋਣ ਲੱਗਾ, ਅਸੀਂ ਸੌਣਾ। ਕਹਿੰਦਾ ਸਾਨੂੰ ਸਮਝ ਪਈ, ਕਹਿੰਦਾ ਨਿਹੰਗ ਸਿੰਘ ਨੂੰ ਵੇਖ ਕੇ ਲੱਗਾ ਮੇਰੀ ਕੌਮ ਦੇ ਸ਼ਬਦ ਸਾਂਭੀ ਬੈਠਾ। ਜੇ ਕਿਸੇ ਨੇ ਵਿਸਤਾਰ ਨਾਲ ਪੜ੍ਹਨੇ ਹੋਣ, ਕਿਉਂਕਿ ਮੈਂ ਸੰਖੇਪ ਮਾਤਰ ਚੱਲਿਆ, ਭਾਈ ਕਾਮ ਸਿੰਘ ਨਾਭਾ ਜੀ ਦਾ ਮਾਰਤੰਡ ਗੁਰਮਤ ਮਾਰਤੰਡ ਪਹਿਲਾ ਭਾਗ, ਮਹਾਨ ਕੋਸ਼, ਪਿਆਰਾ ਸਿੰਘ ਪਦਮ ਦੇ ਖਾਲਸੀ ਬੋਲੇ, ਹਰਜਿੰਦਰ ਸਿੰਘ ਦਲਗੀਰ ਦੀ ਲਿਖੀ ਕਿਤਾਬ ਸਿੱਖ ਫਿਲਾਸਫੀ ਕੀ ਹੈ ਉਹਦੇ ਵਿੱਚੋਂ ਪੜ੍ਹ ਸਕਦੇ ਹੋ। ਸਾਡੇ ਉਹ ਵੀ ਬੋਲੇ ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ, ਤੇ ਸਾਡੇ ਉਹ ਵੀ ਬੋਲੇ ਜਿਹੜੇ ਸਾਡੀ ਹੋਂਦ ਨੂੰ ਕਾਇਮ ਕਰਕੇ ਰੱਖੇ। ਅਸੀਂ ਸਾਰਿਆਂ ਦਾ ਧਿਆਨ ਧਰ ਕੇ ਕਹਿੰਦੇ ਹਾਂ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਕੱਲ ਨੂੰ ਅਸੀਂ ਦਾਨ ਦੀ ਗੱਲ ਸ਼ੁਰੂ ਹੋਣੀ ਹੈ ਸਿੱਖੀ ਦਾਨ ਤੋਂ, ਪਰ ਯਤਨ ਕਰਾਂਗਾ ਕੱਲ ਨੂੰ ਦਾਨ ਦੀ ਵਿਆਖਿਆ ਕੀਤੀ ਜਾਏ, ਪਰ ਆਪ ਸੰਗਤ ਦੀ ਅਸੀਸ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।